ਹਾਂਜੀ ਸਤਿ ਸ਼੍ਰੀ ਅਕਾਲ ਮੈਂ ਕੁਲਦੀਪ ਸਿੰਘ ਸਿੱਧੂ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਪੰਜਾਬ ਲਾਇਬ੍ਰੇਰੀਅਨ ਦਾ ਪੇਪਰ ਆ ਰਿਹਾ ਤੇ ਐਨਵੀਐਸ ਨੇ ਵੀ ਪੇਪਰ ਲੈਣਾ ਹੈ ਲਾਇਬ੍ਰੇਰੀਅਨ ਦਾ ਸੋ ਉਹਦੇ ਵਿੱਚੋਂ ਕੁਝ ਸੌਫਟਵੇਅਰ ਨੇ ਜਿਹੜੇ ਉਹਨਾਂ ਬਾਰੇ ਗੱਲਬਾਤ ਕਰਾਂਗੇ ਜਿਵੇਂ ਕੋਹਾ ਹੈ ਸੋਲ ਹੈ ਲਿਬਸਿਸ ਹੈ ਹੈਨਾ ਪਰ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਕੋਹਾ ਤੇ ਓਪਨ ਸੋਰਸ ਸੌਫਟਵੇਅਰ ਕੀ ਹੁੰਦੇ ਨੇ ਉਹਨਾਂ ਬਾਰੇ ਗੱਲਬਾਤ ਕਰਾਂਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਇਹ ਸਿਲੇਬਸ ਹੈ ਤੁਹਾਡਾ ਕੰਪਿਊਟਰ ਦਾ ਆਈਸੀਟੀ ਔਰ ਕੰਪਿਊਟਰ ਕਹਿ ਸਕਦੇ ਆਪਾਂ ਆਈਸੀਟੀ ਐਂਡ ਕੰਪਿਊਟਰ ਇਹ 15 ਨੰਬਰ ਦਾ ਤੁਹਾਨੂੰ ਪੇਪਰ ਦੇ ਵਿੱਚ ਆਉਣਾ ਠੀਕ ਹੈ ਪਹਿਲਾਂ ਸਿਲੇਬਸ ਹੋਰ ਸੀ ਜੇ ਕਿਸੇ ਸਟੂਡੈਂਟ ਕੋਲੇ ਪੁਰਾਣਾ ਸਿਲੇਬਸ ਹੈ ਤਾਂ ਤੁਸੀਂ ਅਪਡੇਟ ਕਰ ਲਓ ਇਹ ਅਪਡੇਟਡ ਸਿਲੇਬਸ ਹੈ ਇਹ ਸਾਰਾ ਸਿਲੇਬਸ ਆਪਾਂ ਆਲਰੇਡੀ ਕਰਵਾ ਰਹੇ ਹਾਂ ਇਹਦੇ ਲਈ ਆਪਾਂ ਗ੍ਰੈਂਡ ਸੀਰੀਜ਼ ਸਟਾਰਟ ਕੀਤੀ ਹੈ ਕੀਤੀ ਹੈ ਪੀਟ੍ਰੀਪਲੱਸਬੀ ਗ੍ਰੈਂਡ ਸੀਰੀਜ਼ ਉਹਦਾ ਮੈਂ ਲਿੰਕ ਦਿੱਤਾ ਹੋਇਆ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਪਲੇਲਿਸਟ ਦਾ ਲਿੰਕ ਦਿੱਤਾ ਹੋਇਆ ਤੁਸੀਂ ਪਹਿਲੇ ਚੈਪਟਰ ਤੋਂ ਸਟਾਰਟ ਕਰੋ ਦੋ ਸੀਰੀਜ਼ ਨੇ ਇੱਕ ਗ੍ਰੈਂਡ ਸੀਰੀਜ਼ ਫੋਰ ਪੀਪੀਟ੍ਰੀਪਲੱਸਬੀ ਐਗਜ਼ਾਮਸ ਇੱਕ ਹੈਗੀ ਸੀਰੀਜ਼ ਆਫਿਸ ਪ੍ਰੋਡਕਟਿਵਿਟੀ ਟੂਲ ਆਫਿਸ ਪ੍ਰੋਡਕਟਿਵਿਟੀ ਟੂਲਸ ਇਹ ਹੈਗੀ ਹੈ ਵਰਡ ਐਕਸਲ ਤੇ ਪਾਵਰਪੁਆਇੰਟ ਤੇ ਠੀਕ ਹੈ ਦੋਨੋਂ ਸੀਰੀਜ਼ ਦਾ ਹੀ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਉੱਥੇ ਤੁਸੀਂ ਜਾ ਕੇ ਦੇਖ ਸਕਦੇ ਹੋ ਤੁਹਾਨੂੰ ਚੈਪਟਰ ਵਾਈਜ਼ ਮੈਂ ਇਕੱਲਾ ਇਕੱਲਾ ਕੁਐਸਚਨ ਕਰਵਾਇਆ ਹੋਇਆ ਤੇ ਹੌਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਵੀਡੀਓ ਪਾ ਰਹੇ ਹਾਂ ਠੀਕ ਆ ਸੋ ਇਹਦੇ ਵਿੱਚ ਇਹ ਵਾਲਾ ਥੋੜਾ ਜਿਹਾ ਪੋਰਸ਼ਨ ਹੈ ਲਾਇਬ੍ਰੇਰੀ ਸੌਫਟਵੇਅਰ ਵੈਸੇ ਤਾਂ ਤੁਸੀਂ ਮੇਨ ਸਬਜੈਕਟ ਦੇ ਵਿੱਚ ਪੜ੍ਹ ਲਿਆ ਹੋਣਾ ਪਰ ਜੇ ਨਹੀਂ ਪੜਿਆ ਫਿਰ ਵੀ ਧਿਆਨ ਨਾਲ ਪੜਨਾ ਜੇ ਪੜ ਲਿਆ ਫਿਰ ਤੁਸੀਂ ਮੋਟਾ-ਮੋਟਾ ਸਪੀਡ ਫਾਸਟ ਕਰਕੇ ਦੇਖ ਸਕਦੇ ਹੋ ਕੋਹਾ ਸੋਲ ਲਿਬਸਿਸ 바ਰ ਕੋਡ ਐਂਡ ਆਰ ਐਫ ਆਈ ਡੀ ਈ ਪਬਲਿਸ਼ਿੰਗ ਇਹ ਸਾਰੇ ਟੌਪਿਕ ਆਪਾਂ ਦੇਖਾਂਗੇ ਠੀਕ ਆ ਸੋ ਇਹਦੇ ਚੋ ਤਿੰਨ ਚਾਰ ਨੰਬਰ ਦਾ ਕਹਿ ਸਕਦੇ ਆ ਆਪਾਂ ਵੀ ਪੇਪਰ ਆ ਜਾਊਗਾ ਕਿਉਂਕਿ ਟੋਟਲ 15 ਨੰਬਰ ਦਾ ਹੈ 10 ਨੰਬਰ 12 ਨੰਬਰ ਦਾ ਇਧਰੋਂ ਰਹਿ ਗਿਆ ਤਿੰਨ ਚਾਰ ਨੰਬਰ ਦਾ ਇਹਨਾਂ ਦੇ ਵਿੱਚੋਂ ਹੀ ਆ ਜਾਣਾ ਪੇਪਰ ਠੀਕ ਆ ਸੋ ਆਪਾਂ ਸਟਾਰਟ ਕਰਦੇ ਆਂ ਮੇਨਲੀ ਕੈਟਾਲੋਗਿੰਗ ਤੇ ਤੁਸੀਂ ਕੰਮ ਕਰਦੇ ਹੋ ਸਾਰੇ ਲਾਇਬ੍ਰੇਰੀ ਵਾਲੇ ਹਨਾ ਕੈਟਾਲੋਗਿੰਗ ਕੀ ਹੁੰਦਾ ਕਿਸੇ ਵੀ ਇਨਫਾਰਮੇਸ਼ਨ ਨੂੰ ਆਪਾਂ ਨੂੰ ਇਹ ਹੁੰਦਾ ਵੀ ਉਹਨੂੰ ਇੱਕ ਸੀਕੁਐਂਸ ਦੇ ਵਿੱਚ ਆਪਾਂ ਸੇਵ ਕਰੀਏ ਤਾਂ ਕਰਕੇ ਲੱਭਣਾ ਸੌਖਾ ਹੋ ਜਾਏ ਜਿਵੇਂ ਆਪਣੇ ਲੇਮਨ ਸਮਝਦੇ ਆਂ ਆਪਾਂ ਆਪਣੇ ਘਰੇ ਆਪਾਂ ਸਮਾਨ ਰੱਖਦੇ ਆਂ ਮੋਸਟਲੀ ਹਨਾ ਤਾਂ ਸਮਾਨ ਕੀ ਹੁੰਦਾ ਜੇ ਅਸੀਂ ਇੱਕ ਕਮਰਾ ਲਾ ਲ ਗਏ ਉੱਥੇ ਸਭ ਕੁਝ ਸਿੱਟੀ ਜਾਵੇ ਸਿੱਟੀ ਜਾਈਏ ਤਾਂ ਜਦੋਂ ਅਸੀਂ ਲੱਭ ਕੇ ਲੈ ਕੇ ਆਉਣੀ ਹੋਈ ਚੀਜ਼ ਬੜਾ ਔਖਾ ਹੋ ਜਾਊਗਾ ਤੁਸੀਂ ਮੈਡੀਕਲ ਤੇ ਦੇਖਿਆ ਹੋਣਾ ਵੱਡੇ ਮੈਡੀਕਲ ਹਾਲ ਨੇ ਜਿਹੜੇ ਉਹਨਾਂ ਨੇ ਵੀ ਪੂਰੀ ਕੈਟਾਲੋਗਿੰਗ ਕੀਤੀ ਹੁੰਦੀ ਹੈ ਮੈਡੀਸਨ ਪਈਆਂ ਹੁੰਦੀਆਂ ਨੇ ਉਹਨਾਂ ਨੂੰ ਅਰੇਂਜਮੈਂਟ ਕੀਤਾ ਹੁੰਦਾ ਉਹਨਾਂ ਦਾ ਤਾਂ ਕਰਕੇ ਕੱਲ ਨੂੰ ਜੇ ਇੱਕ ਬੰਦਾ ਉਹਨਾਂ ਨੇ ਹਟਾ ਕੇ ਨਵਾਂ ਵੀ ਲਾ ਲਿਆ ਉਹ ਬੰਦੇ ਨੂੰ ਸਮਝ ਕਿਵੇਂ ਆਊਗਾ ਹਨਾ ਸੋ ਇਹ ਤਾਂ ਹੋ ਸਕਦਾ ਵੀ ਜਿਹੜੇ ਬੰਦੇ ਨੇ ਸਮਾਨ ਰੱਖਿਆ ਉਹਨੂੰ ਸਮਝ ਆ ਜਾਵੇ ਬਟ ਇਹ ਆ ਵੀ ਸਾਰਿਆਂ ਨੂੰ ਸਮਝ ਆਵੇ ਤਾਂ ਉਹਦੀ ਕੈਟਾਲੋਗਿੰਗ ਜ਼ਰੂਰੀ ਹੈ ਤੇ ਕੈਟਾਲਾਗ ਕੀ ਹੁੰਦਾ ਕੰਪਲੀਟ ਲਿਸਟ ਆਫ ਆਈਟਮਸ ਸਾਰੀਆਂ ਜਿੰਨੀਆਂ ਵੀ ਆਈਟਮਸ ਨੇ ਉਹਨਾਂ ਦੀ ਲਿਸਟ ਟਿਪਿਕਲੀ ਵਨ ਇਨ ਅਲਫਾ ਅਲਫਾਬੈਟਿਕਲ ਔਰ ਅਦਰ ਸਿਸਟੈਮੈਟਿਕ ਆਰਡਰ ਜਾ ਤਾਂ ਤੁਸੀਂ ਅਲਫਾਬੈਟਿਕਲੀ ਲੈ ਲਓ ਜਾਂ ਕੋਈ ਹੋਰ ਆਪਦਾ ਸਿਸਟਮ ਬਣਾ ਲਓ ਵੀ ਸਰਚਿੰਗ ਫਾਸਟ ਹੋ ਜੇ ਤੇ ਇਹ ਪਹਿਲਾਂ ਆਪਾਂ ਨੂੰ ਪਤਾ ਹੈ ਵੀ ਕਾਰਡ ਕੈਟਲੌਗ ਚੱਲਦੇ ਸੀ ਲਾਇਬ੍ਰੇਰੀ ਵਾਲੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਇਹ ਸਿਸਟਮ ਜਾਂ ਹੁੰਦਾ ਸੀ ਹੈਨਾ ਇਹ ਅੱਖਰਾਂ ਦੇ ਹਿਸਾਬ ਨਾਲ ਇੱਥੇ ਕਾਰਡ ਹੁੰਦੇ ਸੀ ਉਹ ਕਾਰਡ ਤੇ ਇਨਫਰਮੇਸ਼ਨ ਹੁੰਦੀ ਸੀ ਜਿਹੜਾ ਕਿ ਸਮੇਂ ਦੀ ਨਜਾਕਤ ਦੇ ਹਿਸਾਬ ਨਾਲ ਜਿਵੇਂ ਟੈਕਨੋਲੋਜੀ ਆਈ ਕੰਪਿਊਟਰ ਆਇਆ ਉਦੋਂ ਇਹ ਚੀਜ਼ਾਂ ਸਾਨੂੰ ਲੱਗਣ ਲੱਗੀਆਂ ਵੀ ਕਿਉਂ ਨਾ ਸੀ ਇਹਨੂੰ ਕੰਪਿਊਟਰ 'ਚ ਇੰਪਲੀਮੈਂਟ ਕਰ ਦਗੇ ਬਹੁਤ ਕਾਰਗਰ ਸੀ ਇਹ ਸਿਸਟਮ ਉਸ ਸਮੇਂ ਦੇ ਵਿੱਚ ਜਿਹੜੇ ਸਮੇਂ 'ਚ ਜਿਵੇਂ ਦੀ ਟੈਕਨੋਲੋਜੀ ਸੀ ਜਿਵੇਂ ਦਾ ਸਮਾਂ ਸੀ ਬਟ ਫਿਰ ਜਿਵੇਂ ਜਿਵੇਂ ਅਪਡੇਟਸ ਹੁੰਦੀਆਂ ਨੇ ਟੈਕਨੋਲੋਜੀ ਆਉਂਦੀ ਓਵੇਂ ਓਵੇਂ ਚੀਜ਼ਾਂ ਅੱਗੇ ਜਾਂਦੀਆਂ ਨੇ ਤਾਂ ਫਿਰ ਆਨਲਾਈਨ ਕੈਟਾਲੋਗਿੰਗ ਨੇ ਇਸ ਨੂੰ ਰਿਪਲੇਸ ਕੀਤਾ ਆਨਲਾਈਨ ਕੈਟਾਲੋਗਿੰਗ ਤੁਸੀਂ ਓਪੈਕ ਚੰਗੀ ਤਰ੍ਹਾਂ ਪੜ੍ਹਦੇ ਹੋਵੋਗੇ ਹਨਾ ਓਪੈਕ ਕੀ ਹੁੰਦਾ ਐਬ੍ਰੀਵੀਏਸ਼ਨ ਬਹੁਤ ਇੰਪੋਰਟੈਂਟ ਹੈ ਪੁੱਛ ਸਕਦਾ ਆਨਲਾਈਨ ਪਬਲਿਕ ਐਕਸੈਸ ਕੈਟਾਲਾਗ ਆਨਲਾਈਨ ਪਬਲਿਕ ਐਕਸੈਸ ਕੈਟਾਲਾਗ ਤੇ ਇਟ ਇਜ਼ ਆਨਲਾਈਨ ਡਾਟਾਬੇਸ ਆਫ ਮਟੀਰੀਅਲਸ ਹੈਲਡ ਬਾਈ ਲਾਇਬ੍ਰੇਰੀ অর ਗਰੁੱਪ ਆਫ ਲਾਇਬ੍ਰਰੀਜ਼ ਇਹ ਕੈਟਾਲਾਗ ਦਾ ਹੀ ਡਾਟਾਬੇਸ ਹੁੰਦਾ ਹੈ ਕਿ ਤੁਸੀਂ ਆਨਲਾਈਨ ਸਰਚ ਕਰਕੇ ਕਿਤਾਬਾਂ ਦੇਖ ਸਕਦੇ ਹੋ ਓਪੈਕ ਹਨਾ ਆਨਲਾਈਨ ਕੈਟਾਲਾਗ ਹੈਵ ਲਾਰਜਲੀ ਰਿਪਲੇਸਡ ਦੀ ਐਨਲੌਗ ਕਾਰਡ ਕੈਟਾਲਾਗ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਕਿ ਕਾਰਡ ਕੈਟਾਲਾਗ ਨੂੰ ਆਨਲਾਈਨ ਨੇ ਜਾਂ ਓਪੈਕ ਨੇ ਰਿਪਲੇਸ ਕਰਤਾ ਤੇ ਛੋਟੇ ਛੋਟੇ ਕਨਸੈਪਟ ਵਿੱਚ ਜਿੰਨੀ ਕੁ ਲੋਡ ਹੈ ਉਹਨੇ ਕਿ ਦੱਸੂਗਾ ਜਿਵੇਂ ਡਾਟਾਬੇਸ ਹੈ ਡਾਟਾਬੇਸ ਕੀ ਹੁੰਦਾ ਹੈ कलैक्शन ऑफ फैक्ट्स रॉ फैक्ट्स ज कलैक्शन ऑफ फाइल्स आप बोल सकते हैं कलैक्शन ऑफ फाइल्स तो एक होंगे मैटाडेटा मेटा डेटा मेटा डेटा भी इंपॉर्टेंट टर्म है डेटा अबाउट डेटा वट इज मेटा डेटा डेटा अबाउट डेटा ਤੇ ਇਸ ਦੀਆਂ ਮੈਂ 2-3 ਵੀਡੀਓ ਪਹਿਲਾਂ ਵੀ ਕਰਵਾਇਆ ਹੋਇਆ ਤੁਹਾਨੂੰ ਕਿਉਂਕਿ ਪੇਪਰ ਥੋੜਾ ਹੁਣ ਪੋਸਟਪੋਨ ਹੋ ਗਿਆ ਪੋਸਟਪੋਨ ਤੋਂ ਪਹਿਲਾਂ ਤਿੰਨ ਵੀਡੀਓ ਮੈਂ ਆਲਰੇਡੀ ਪਾਈਆਂ ਹੋਈਆਂ ਨੇ ਪਹਿਲੀ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਸੀ ਪ੍ਰੀਵੀਅਸ ਈਅਰ ਜਿਹੜਾ ਪਿਛਲੇ ਸਾਲ ਪੇਪਰ ਹੋਇਆ ਸੀ 2021 ਚ ਹੋਇਆ ਸੀ ਸ਼ਾਇਦ ਉਹਦੇ ਪ੍ਰੀਵੀਅਸ ਈਅਰ ਪਾਏ ਹੋਏ ਨੇ ਦੂਸਰੀ ਦੇ ਵਿੱਚ ਮੈਂ ਅ ਸ਼ਾਇਦ ਪਤਾ ਨਹੀਂ ਦੂਜੇ ਪਾਏ ਹੋਏ ਨੇ ਵੀ ਜਿਵੇਂ ਆ ਰਾਜਸਥਾਨ ਦਾ ਹੋਇਆ ਸੀ ਲਾਇਬ੍ਰੇਰੀਅਨ ਦਾ ਹਰਿਆਣੇ ਦਾ ਲਾਇਬ੍ਰੇਰੀਿੰਦਾ ਦਿੱਲੀ ਲਾਇਬ੍ਰੇਰੀਆਂ ਦਾ ਉਹ ਪੇਪਰ ਕਰਵਾਏ ਹੋਏ ਨੇ ਤੇ ਤੀਸਰੇ ਦੇ ਵਿੱਚ ਮੈਂ ਆਪਾਂ ਪਾਇਆ ਹੋਇਆ ਸੀ 익ਸਪੈਕਟਿਡ ਕੁਐਸਚਨਸ ਠੀਕ ਹੈ ਤਿੰਨ ਵੀਡੀਓ ਤੁਸੀਂ ਜਰੂਰ ਦੇਖਿਓ ਜਾ ਕੇ ਇਹਦੇ ਵਿੱਚੋਂ ਹੀ ਕੁਐਸਚਨ ਆਊਗਾ ਤਾਂ ਉਹਨਾਂ ਦੇ ਵਿੱਚ ਮੈਂ ਦੱਸਿਆ ਹੋਇਆ ਮੈਟਾ ਡਾਟਾ ਕੀ ਹੁੰਦਾ ਡਾਟਾ ਅਬਾਊਟ ਡਾਟਾ ਉੱਥੇ ਤੁਸੀਂ ਦੇਖ ਸਕਦੇ ਹੋ ਉਹਦਾ ਵੀ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਠੀਕ ਹੈ ਤੇ ਜਿਵੇਂ ਆਪਾਂ ਗੱਲ ਕਰੀਏ ਰਿਲੇਸ਼ਨਲ ਡਾਟਾਬੇਸ ਕੀ ਹੁੰਦਾ ਟੇਬਲ ਹੈ ਇਹ ਇਹ ਵੀ ਇੱਕ ਟੇਬਲ ਹੈ ਸਟੂਡੈਂਟ ਦਾ ਇਹ ਸਟੂਡੈਂਟ ਕੋਰਸ ਇਹ ਕੋਰਸ ਦਾ ਟੇਬਲ ਹੈ ਸਟੂਡੈਂਟ ਦੇ ਟੇਬਲ ਨੂੰ ਤੇ ਕੋਰਸ ਦੇ ਟੇਬਲ ਨੂੰ ਜੋੜ ਕੇ ਇੱਕ ਟੇਬਲ ਬਣ ਗਿਆ ਤਾਂ ਇਹ ਲਿੰਕਿੰਗ ਹੋ ਗਈ ਇਹਨੂੰ ਆਪਾਂ ਲਿੰਕ ਬੋਲ ਦਿੰਦੇ ਆ ਰਿਲੇਸ਼ਨ ਬੋਲ ਦਿੰਦੇ ਆ ਜੇ ਆਪਾਂ ਕਹਿ ਲਓ ਟੇਬਲ ਨੂੰ ਹੀ ਰਿਲੇਸ਼ਨ ਬੋਲਿਆ ਜਾਂਦਾ ਡਾਟਾਬੇਸ ਦੇ ਵਿੱਚ ਟੇਬਲ ਨੂੰ ਰਿਲੇਸ਼ਨ ਕਿਹਾ ਜਾਂਦਾ ਤਾਂ ਜਿਹੜਾ ਲਾਇਬ੍ਰੇਰੀ ਹੈ ਆਪਣਾ ਉਹ ਆਰ ਡੀ ਬੀ ਐਮ ਐਸ ਯੂਜ਼ ਕਰਦਾ ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਸਿਸਟਮ ਤਾਂ ਡਾਟਾਬੇਸ ਕੀ ਹੁੰਦਾ ਕਲੈਕਸ਼ਨ ਆਫ ਫਾਈਲਸ ਜਾਂ ਕਲੈਕਸ਼ਨ ਆਫ ਟੇਬल्स ਠੀਕ ਹੈ ਰਿਲੇਸ਼ਨ ਹੈ ਨਾ ਪਹਿਲੇ ਟੇਬਲ ਦਾ ਇਹਦੇ ਨਾਲ ਰਿਲੇਸ਼ਨ ਹੈ ਇਹ ਦੋਨੋਂ ਟੇਬਲ ਦਾ ਆਪਸ ਦੇ ਵਿੱਚ ਰਿਲੇਸ਼ਨ ਆਹ ਵਾਲਾ ਟੇਬਲ ਡਿਫਾਈਨ ਕਰਦਾ ਠੀਕ ਹੈ ਰਿਲੇਸ਼ਨਲ ਡਾਟਾਬੇਸ ਹੁੰਦਾ ਤੇ ਆਰ ਡੀ ਬੀ ਐਮ ਐਸ ਹੀ ਮੋਸਟਲੀ ਯੂਜ਼ ਕੀਤਾ ਜਾਂਦਾ ਤੇ ਆਹ ਦੇਖੋ ਸਾਰੇ ਟੇਬਲ ਇੱਕ ਦੂਜੇ ਨਾਲ ਲਿੰਕਿੰਗ ਹੁੰਦੀ ਹੈ ਤਾਂ ਇਸ ਨੂੰ ਇਹ ਡਾਟਾਬੇਸ ਨੂੰ ਐਕਸੈਸ ਕਰਨ ਦੇ ਲਈ ਜਿਹੜੀ ਲੈਂਗੁਏਜ ਵਰਤੀ ਜਾਂਦੀ ਉਹ ਹੁੰਦੀ ਹੈ ਐਸ ਕਯੂ ਐਲ ਇਹ ਬਹੁਤ ਇੰਪੋਰਟੈਂਟ ਹੈ ਸਟ੍ਰਕਚਰਲ ਕੁਇਰੀ ਲੈਂਗੁਏਜ ਸਟ੍ਰਕਚਰਲ ਕੁਇਰੀ ਲੈਂਗੁਏਜ ਇਹ ਯਾਦ ਰੱਖਣਾ ਆ ਡੀਬੀਐਮਐਸ ਦੀ ਲੈਂਗੁਏਜ ਕਿਹੜੀ ਆ ਆਰਡੀਬੀਐਮਐਸ ਹੁੰਦਾ ਹੈ ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਸਿਸਟਮ ਐਬ੍ਰੀਵੀਏਸ਼ਨ ਪੁੱਛ ਸਕਦਾ ਹੈ ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਸਿਸਟਮ ਤੇ ਇਹ ਡਾਟਾਬੇਸ ਨੂੰ ਐਕਸੈਸ ਕਰਨ ਦੇ ਲਈ ਕਿਹੜੀ ਭਾਸ਼ਾ ਵਰਤੀ ਜਾਂਦੀ ਹੈ ਸਟ੍ਰਕਚਰਲ ਕੁਇਰੀ ਲੈਂਗੁਏਜ ਤਾਂ ਹੁਣ ਰਿਲੇਸ਼ਨਲ ਤੇ ਨੋਨ ਰਿਲੇਸ਼ਨਲ ਡਾਟਾਬੇਸ ਦੇ ਵਿੱਚ ਕੀ ਫਰਕ ਆ ਪਹਿਲਾ ਟੇਬਲ ਚੱਕਿਆ ਦੂਜਾ ਟੇਬਲ ਚੱਕਿਆ ਇਹਨਾਂ ਦੀ ਪ੍ਰਾਇਮਰੀ ਕੀ ਚੱਕ ਲਈ ਜਿਵੇਂ ਤੁਸੀਂ ਪੜਦੇ ਹੋਗੇ ਆਰ ਐਫ ਆਈ ਡੀ ਨੂੰ ਯੂਨੀਕ ਆਈਡੈਂਟੀਫਾਈ ਕਰਦੀ ਹੈ ਕਿਸੇ ਵੀ ਆਬਜੈਕਟ ਨੂੰ ਹਨਾ ਆਪਾਂ ਪੜਾਂਗੇ ਓਵੇਂ ਹੀ ਟੇਬਲ ਦੇ ਵਿੱਚ ਪ੍ਰਾਇਮਰੀ ਕੀ ਹੁੰਦੀ ਹੈ ਜਿਵੇਂ ਕਲਾਸ ਦੇ ਵਿੱਚ ਸਟੂਡੈਂਟ ਦਾ ਨੇਮ ਪ੍ਰਾਇਮਰੀ ਕੀ ਨਹੀਂ ਹੁੰਦਾ ਕਿਉਂਕਿ ਨੇਮ ਇੱਕ ਤੋਂ ਜ਼ਿਆਦਾ ਬੱਚਿਆਂ ਦਾ ਸੇਮ ਹੋ ਸਕਦਾ ਬਟ ਸਟੂਡੈਂਟ ਦਾ ਰੋਲ ਨੰਬਰ ਇੱਕ ਪ੍ਰਾਇਮਰੀ ਕੀ ਹੁੰਦੀ ਹੈ ਤਾਂ ਦੋਨਾਂ ਟੇਬਲਾਂ ਦੇ ਵਿੱਚੋਂ ਦੋਨਾਂ ਟੇਬਲ ਦੀ ਪ੍ਰਾਇਮਰੀ ਕੀ ਚੱਕ ਕੇ ਇੱਕ ਤੀਜੇ ਟੇਬਲ ਚ ਪਾ ਦਿੰਦੇ ਆ ਇਸ ਇਹ ਦੋਨਾਂ ਨੂੰ ਰਿਲੇਟ ਕਰਦਾ ਰਿਲੇਸ਼ਨ ਬਣ ਗਿਆ ਬਟ ਨਾਨ ਰਿਲੇਸ਼ਨਲ ਦੇ ਵਿੱਚ ਕੀ ਹੁੰਦਾ ਟੇਬਲ ਹੁੰਦੇ ਨਹੀਂ ਡਾਟਾ ਰਿਕਾਰਡਸ ਦੀ ਫਾਰਮ 'ਚ ਸਿੰਪਲ ਹੀ ਹੁੰਦਾ ਕੋਈ ਰਿਲੇਸ਼ਨ ਨਹੀਂ ਹੁੰਦਾ ਤਾਂ ਕਰਕੇ ਡਾਟਾ ਐਕਸੈਸ ਕਰਨਾ ਔਖਾ ਹੋ ਜਾਂਦਾ ਥੋੜਾ ਜਿਹਾ ਬਸ ਆਪਾਂ ਜਿਆਦਾ ਨਹੀਂ ਪੜਨਾ ਆਪਾਂ ਇਹ ਪੜਨਾ ਹੈ ਵੀ ਸਾਨੂੰ ਅਸੀਂ ਲਾਇਬ੍ਰੇਰੀ ਦੇ ਵਿੱਚ ਕਿਹੜਾ ਡਾਟਾਬੇਸ ਵਰਤਦੇ ਹਾਂ ਰਿਲੇਸ਼ਨਲ ਡਾਟਾਬੇਸ ਕਲੀਅਰ ਹੋਈ ਗੱਲ ਤਾਂ ਹੁਣ ਗੱਲ ਆ ਗਈ ਕਿ ਅਸੀਂ ਇਹ ਤਾਂ ਸੋਚ ਲਿਆ ਵੀ ਆਫਲਾਈਨ ਆਪਣੇ ਕੋਲੇ ਕੈਟਾਲਾਗ ਬਣਦੇ ਸੀ ਕਾਰਡ ਕੈਟਾਲਾਗ ਹੁੰਦਾ ਸੀ ਕੈਟਾਲਾਗ ਵੀ ਦੇਖ ਲਿਆ ਆਪਾਂ ਕੀ ਹੁੰਦਾ ਠੀਕ ਹੈ ਆਨਲਾਈਨ ਕੈਟਾਲੌਗਸ ਚੱਲਣ ਤੋਂ ਪਹਿਲਾਂ ਕਾਰਡ ਕੈਟਾਲੌਗ ਚੱਲਦਾ ਸੀ ਕਿਸੇ ਬੰਦੇ ਦੇ ਦਿਮਾਗ ਦੇ ਵਿੱਚ ਆਇਆ ਹੋਣਾ ਵੀ ਕਿਉਂ ਨਾ ਯਾਰ ਇਹ ਸਾਰੀਆਂ ਚੀਜ਼ਾਂ ਨੂੰ ਇਕੱਠੀਆਂ ਕਰਕੇ ਆਨਲਾਈਨ ਆਪਾਂ ਬਣਾਇਆ ਜਾਏ ਵੀ ਆਨਲਾਈਨ ਬਣਾਉਣ ਦੇ ਲਈ ਤਿੰਨ ਚੀਜ਼ਾਂ ਚਾਹੀਦੀਆਂ ਸੀ ਇੱਕ ਤਾਂ ਸਾਰਿਆਂ ਦਾ ਡਾਟਾਬੇਸ ਚਾਹੀਦਾ ਸੀ ਸਾਰੀਆਂ ਬੁੱਕਸ ਦਾ ਸਾਰੇ ਸਟੂਡੈਂਟਸ ਦਾ ਜਿਹੜੇ ਉੱਥੇ ਲਾਇਬ੍ਰੇਰੀ ਦੇ ਵਿੱਚ ਜਾ ਕੇ ਕਾਰਡ ਬਣਵਾਉਣਗੇ ਦੇਖੋ ਬੁੱਕ ਬੰਦਾ ਇਸ਼ੂ ਕਰਾ ਸਕਦਾ ਠੀਕ ਹੈ ਤੇ ਫਿਰ ਉਹ ਕੀ ਕਰ ਸਕਦਾ ਕਿੰਨੇ ਦਿਨਾਂ ਬਾਅਦ ਰਿਟਰਨ ਕੀਤੀ ਉਹਨੂੰ ਉਸ ਹਿਸਾਬ ਕਿਤਾਬ ਰੱਖਣਾ ਜੇ ਲੇਟ ਕਰ ਗਿਆ ਤਾਂ ਉਹਨੂੰ ਮਤਲਬ ਫਾਈਨ ਵਗੈਰਾ ਲਾਉਣਾ ਜੇ ਬੁੱਕ ਗੁੰਮ ਗਈ ਉਹਦਾ ਵੀ ਪ੍ਰੋਪਰ ਪ੍ਰੋਸੀਜਰ ਫਾਲੋ ਕਰਨਾ ਤੇ ਉਹਨੂੰ ਮੈਂਬਰਸ਼ਿਪ ਦੇਣੀ ਸਾਰਾ ਸੌਫਟਵੇਅਰ ਦੇ ਵਿੱਚ ਹੁੰਦਾ ਫਿਰ ਉੱਪਰ 바ਰ ਕੋਡ ਵਗੈਰਾ ਲਗਾਉਣੇ ਸਕੈਨਿੰਗ ਕਰਨੀ ਹੈ ਨਾ ਬੁੱਕ ਮਿਸਯੂਜ਼ ਨਾ ਹੋਵੇ ਤੇ ਕਿਤਾਬਾਂ ਦਾ ਨਵੀਆਂ ਕਿਤਾਬਾਂ ਦਾ ਆਰਡਰ ਦੇਣਾ ਤੇ ਇੱਕ ਹੋਰ ਫੀਚਰ ਕੀ ਹੈ ਕਿ ਅਸੀਂ ਚੈੱਕ ਕਰਨਾ ਡਾਟਾਬੇਸ ਦੇ ਵਿੱਚੋਂ ਵੀ ਕਿਹੜੇ ਕਿਹੜੇ ਦੀ ਸਰਚ ਜ਼ਿਆਦਾ ਹੋ ਰਹੀ ਹੈ ਜਿਹੜੀਆਂ ਜਿਨ੍ਹਾਂ ਦੀ ਸਰਚ ਜ਼ਿਆਦਾ ਹੋ ਰਹੀ ਹੈ ਉਹਨਾਂ ਦੇ ਵੇਚ ਤੇ ਰਿਕਾਰਡ ਤੇ ਸੀ ਨਵੀਆਂ ਕਿਤਾਬਾਂ ਦਾ ਆਰਡਰ ਦੇ ਸਕਦੇ ਆ ਉਹ ਆਰਡਰ ਦਾ ਇਨਵੌਇਸ ਸਿਸਟਮ ਆਪਣੇ ਆਪ ਬਣਾਉਦੇ ਬਹੁਤ ਸਾਰੇ ਫੀਚਰ ਨੇ ਤੁਸੀਂ ਸਾਰਿਆਂ ਨੇ ਪੜੇ ਹੋਏ ਨੇ ਹਨਾ ਇੰਨੇ ਫੀਚਰ ਨੂੰ ਬਣਾਉਣ ਦੇ ਲਈ ਕਿਸੇ ਇੱਕ ਸੌਫਟਵੇਅਰ ਦੇ ਵਿੱਚ ਤਾਂ ਸਭ ਕੁਝ ਹੋਣ ਹੋਣ ਨਹੀਂ ਲੱਗਿਆ ਤਾਂ ਇੱਕ ਤਾਂ ਬਣ ਗਿਆ ਡਾਟਾਬੇਸ ਠੀਕ ਆ ਡਾਟਾਬੇਸ ਤੇ ਇੱਕ ਸਾਨੂੰ ਬਣਾਉਣਾ ਪਊਗਾ ਸੌਫਟਵੇਅਰ ਸੌਫਟਵੇਅਰ ਉਹ ਸੌਫਟਵੇਅਰ ਦੇ ਵਿੱਚ ਇੱਕ ਐਡਮਿਨ ਹੋਵੇ ਐਡਮਿਨ ਜਿਹੜਾ ਸਾਰੀਆਂ ਚੀਜ਼ਾਂ ਨੂੰ ਹੈਂਡਲ ਕਰੇ ਤੇ ਬਾਕੀ ਸਾਰੇ ਯੂਜ਼ਰ ਯੂਜ਼ਰ ਅਕਾਊਂਟ ਵੀ ਤਾਂ ਚਾਹੀਦੇ ਨੇ ਆਪਾਂ ਯੂਜ਼ਰ ਹੀ ਆਂ ਜੇ ਲਾਇਬ੍ਰੇਰੀ ਦੇ ਵਿੱਚ ਜਾ ਕੇ ਅਸੀਂ ਸਾਨੂੰ ਅਕਾਊਂਟ ਮਿਲ ਜਾਂਦਾ ਯੂਜ਼ਰ ਬਣ ਕੇ ਅਸੀਂ ਹਨਾ ਤੇ ਇਹ ਪੂਰੀ ਚੀਜ਼ ਨੂੰ ਮੈਨੇਜ ਕਰਦਾ ਜਿਹੜਾ ਉਹ ਹੁੰਦਾ ਇੰਟੀਗ੍ਰੇਟਿਡ ਲਾਇਬ੍ਰੇਰੀ ਸਿਸਟਮ ਆਈ ਐਲ ਐਸ ਹੁੰਦਾ ਇੰਟੀਗ੍ਰੇਟਿਡ ਲਾਇਬ੍ਰੇਰੀ ਸਿਸਟਮ ਜਾਂ ਲਾਇਬ੍ਰੇਰੀ ਮੈਨੇਜਮੈਂਟ ਸਿਸਟਮ ਦੇਖੋ ਬਹੁਤ ਇੰਪੋਰਟੈਂਟ ਹੈ ਐਬ੍ਰੀਵੀਏਸ਼ਨ ਪੁੱਛ ਸਕਦਾ ਹੈ ਆਈ ਐਲ ਐਸ ਕੀ ਹੁੰਦਾ ਇੰਟੀਗ੍ਰੇਟਿਡ ਲਾਇਬ੍ਰੇਰੀ ਸਿਸਟਮ ਜਾਂ ਲਾਇਬ੍ਰੇਰੀ ਮੈਨੇਜਮੈਂਟ ਸਿਸਟਮ ਲਾਇਬ੍ਰੇਰੀ ਮੈਨੇਜਮੈਂਟ ਸਿਸਟਮ ਨਾਮ ਤੋਂ ਇਹ ਪੂਰੀ ਲਾਇਬ੍ਰੇਰੀ ਨੂੰ ਮੈਨੇਜ ਕਰਨ ਦੇ ਲਈ ਉਹ ਵੱਡਾ ਸਾਰਾ ਮੋਡਿਊਲ ਉਹ ਸਾਰਾ ਮੋਡਿਊਲ ਜਿਹਦੇ ਵਿੱਚ ਸੌਫਟਵੇਅਰ ਵੀ ਆਜੂ ਡਾਟਾਬੇਸ ਵੀ ਆਜੂ ਇਹ ਸਾਰਾ ਮੋਡਿਊਲ ਬੋਲਦ ਨੇ ਇਹਨੂੰ ਆਪਾਂ ਮੈਨੇਜਮੈਂਟ ਦਾ ਮੋਡਿਊਲ ਜਿਹਦੇ ਵਿੱਚ ਸੌਫਟਵੇਅਰ ਵੀ ਆਜੂਗਾ ਡਾਟਾਬੇਸ ਵੀ ਆਜੂਗਾ ਹੋਰ ਕੋਈ ਮੋਡਿਊਲ ਹੋਰ ਇੱਕ ਤੋਂ ਜ਼ਿਆਦਾ ਸੌਫਟਵੇਅਰ ਵੀ ਲੱਗ ਸਕਦੇ ਨੇ ਇਸ ਚੀਜ਼ ਨੂੰ ਮੈਨੇਜ ਕਰਨ ਦੇ ਲਈ ਠੀਕ ਹੈ ਕਲੀਅਰ ਹੋਈ ਗੱਲ ਤਾਂ ਇਹ ਜ਼ਰੂਰੀ ਆ ਤਾਂ ਇਹ ਦੇਖੋ ਇਹ ਡਾਟਾਬੇਸ ਸੀਗਾ ਲਾਇਬ੍ਰੇਰੀ ਦਾ ਪਹਿਲਾਂ ਸੀ ਡਾਟਾਬੇਸ ਬਣਾਇਆ ਐਕਸਲ ਦੇ ਵਿੱਚ ਸੇਵ ਕਰਕੇ ਪਹਿਲਾਂ ਸ਼ੁਰੂ ਦੇ ਵਿੱਚ ਐਕਸਲ ਦੇ ਵਿੱਚ ਸੇਵ ਕਰਕੇ ਚੱਲੇ ਆ ਬਟ ਫਿਰ ਉਹ ਪ੍ਰੋਪਰ ਕੰਮ ਨਹੀਂ ਹੋਇਆ ਤੇ ਜਦੋਂ ਆਨਲਾਈਨ ਚੀਜ਼ਾਂ ਆ ਗਈਆਂ ਤਾਂ ਬਹੁਤ ਸਾਰੇ ਡਾਟਾਬੇਸ ਕੰਪਨੀਆਂ ਹੀ ਪ੍ਰੋਵਾਈਡ ਕਰਨ ਲੱਗੀਆਂ ਜਿਵੇਂ ਐਸਕਯੂਐਲ ਵੀ ਇੱਕ ਡਾਟਾਬੇਸ ਹੈ ਤੇ ਮੰਗੋ ਡੀਬੀ ਇੱਕ ਡਾਟਾਬੇਸ ਹੈ ਇਹਦੇ ਕਰਕੇ ਆਪਾਂ ਦੇਖਾਂਗੇ ਕੋਹਾ ਕਿਹੜੇ ਡਾਟਾਬੇਸ ਨੂੰ ਫੋਲੋ ਕਰਦਾ ਤਾਂ ਡਾਟਾਬੇਸ ਡਾਟਾਬੇਸ ਇਹ ਸੀਗਾ ਇੰਟੀਗ੍ਰੇਟਿਡ ਲਾਇਬ੍ਰੇਰੀ ਮੈਨੇਜਮੈਂਟ ਇੰਟੀਗ੍ਰੇਟਿਡ ਲਾਇਬ੍ਰੇਰੀ ਸਿਸਟਮ ਜਾਂ ਲਾਇਬ੍ਰੇਰੀ ਮੈਨੇਜਮੈਂਟ ਸਿਸਟਮ ਇਹਦੇ ਵਿੱਚ ਹੀ ਲਾਇਬ੍ਰੇਰੀ ਦਾ ਸੌਫਟਵੇਅਰ ਸੀ ਬਹੁਤ ਸਾਰੇ ਸੌਫਟਵੇਅਰ ਆਪਾਂ ਨੂੰ ਪਤਾ ਕੋਹਾ ਹੈ ਗ੍ਰੀਨ ਸਟੋਨ ਹੈ ਵੇਜ ਕਰਕੇ ਆਪਾਂ ਦੇਖਦੇ ਅੱਗੇ ਲਿਬਸਿਸ ਹੈ ਸੋਲ ਹੈ ਨਾ ਇਹ ਇੱਕ ਸੌਫਟਵੇਅਰ ਆ ਗਿਆ ਸੀ ਜਿਹੜਾ ਫਰੰਟ ਐਂਡ ਪ੍ਰੋਵਾਈਡ ਕਰਦਾ ਸੀ ਬੈਕ ਐਂਡ ਤੇ ਕੀ ਹੋ ਰਿਹਾ ਸੀ ਡਾਟਾਬੇਸ ਤੇ ਆਹ ਵਾਲੀ ਕੋਡਿੰਗ ਡਾਟਾਬੇਸ ਨੂੰ ਐਕਸੈਸ ਕਰਨ ਦੇ ਲਈ ਹੋਰ ਵੀ ਕੋਈ ਇੰਟਰਨਲ ਸੌਫਟਵੇਅਰ ਚਾਹੀਦੇ ਹੋਣਗੇ ਜਿਵੇਂ ਆਪਾਂ ਨੂੰ ਪਤਾ HTML ਚਾਹੀਦੀ ਹੁੰਦੀ ਹੈ ਹੈਨਾ HTML ਵੀ ਚਾਹੀਦਾ ਹੁੰਦਾ ਇੱਕ ਹੋਰ ਮੇਰੇ ਨਾਮ ਨੇ ਯਾਦ ਆ ਰਿਹਾ ਫਰੇਮਵਰਕ ਚਾਹੀਦਾ ਹੁੰਦਾ ਸ਼ਾਇਦ uh, HTML ਫਰੇਮਵਰਕ ਹੀ ਚਾਹੀਦਾ ਹੁੰਦਾ ਇਸ ਨੂੰ ਇਹਦੇ ਨਾਲ ਲਿੰਕਿੰਗ ਕਰਵਾਉਣ ਦੇ ਲਈ ਡਾਟਾਬੇਸ ਦੀਆਂ ਪ੍ਰੋਬਲਮ ਨੇ ਡਾਟਾਬੇਸ ਇੰਸਟਾਲ ਕਿਵੇਂ ਹੁੰਦਾ ਕਿਵੇਂ ਸੌਫਟਵੇਅਰ ਦੀ ਲਿੰਕਿੰਗ ਹੁੰਦੀ ਹੈ ਇਹ ਤੁਸੀਂ ਕਿਸੇ ਨੇ ਸੌਫਟਵੇਅਰ ਤੇ ਕੰਮ ਕੀਤਾ ਹੋਊ ਉਹਨਾਂ ਨੂੰ ਪਤਾ ਹੋਊਗਾ ਠੀਕ ਆ ਫਿਰ ਇੱਕ ਐਡਮਿਨਿਸਟਰੇਟਰ ਦਾ ਅਕਾਊਂਟ ਜਿਹੜਾ ਕਿਤਾਬਾਂ ਦੀ ਸਾਰੀ ਡਿਟੇਲ ਦੇਖ ਸਕਦਾ ਹੈ ਰੀਡ ਤੇ ਰਾਈਟ ਕਰ ਸਕਦਾ ਹੈ ਤੇ ਯੂਜ਼ਰ ਦਾ ਅਕਾਊਂਟ ਯੂਜ਼ਰ ਉਹ ਰਜਿਸਟਰ ਵੀ ਕਰ ਸਕਦਾ ਆਪਣੇ ਆਪ ਦੇ ਵਿੱਚ ਤੇ ਬੁੱਕ ਦੀ ਰਿਕੁਐਸਟ ਤੇ ਰਿਟਰਨ ਪਾ ਸਕਦਾ ਇਹ ਸਾਰੀਆਂ ਚੀਜ਼ਾਂ ਇਹ ਮਿਲ ਕੇ ਤਿੰਨ ਚਾਰ ਕੰਪੋਨੈਂਟ ਮਿਲ ਕੇ ਬਣਾਉਂਦੇ ਨੇ ਠੀਕ ਹੈ ਜੀ ਸੋ ਇਹ ਸਾਰੇ ਸੌਫਟਵੇਅਰ ਨੇ ਜਿਹੜੇ ਲਾਇਬ੍ਰੇਰੀ ਮੈਨੇਜਮੈਂਟ ਦੇ ਲਈ ਵਰਤੇ ਜਾਂਦੇ ਨੇ ਕੋਹਾ ਐਵਰਗ੍ਰੀਨ ਤੇ ਬਿਬਲੀਓਟੈਕ ਤੇ ਓਪਨ ਬਿਬਲੀਓ ਇਨਵੈਨਿਓ ਪੀ ਐਮ ਬੀ ਓਪਲਸ ਨਿਊ ਜਨ ਲਿਬ ਠੀਕ ਹੈ ਮੈਂ ਗ੍ਰੀਨ ਕੀ ਕਹਤਾ ਸੀ ਗ੍ਰੀਨ ਸਟੋਨ ਬੋਲੇ ਸੀ ਯਾਰ ਐਵਰਗ੍ਰੀਨ ਹੈ ਠੀਕ ਹੈ ਸੋ ਇਹ ਸਾਰੇ ਸੌਫਟਵੇਅਰ ਨੇ ਅੱਕੇ ਅੱਬਾ ਇਹਨਾਂ ਦੇ ਬਾਰੇ ਦੇਖਾਂਗੇ ਵੀ ਕਿਹੜੇ-ਕਿਹੜੇ ਇਹਨਾਂ ਚ ਓਪਨ ਸੋਰਸ ਨੇ ਕਿਉਂਕਿ ਇੱਕ ਕੁਐਸਚਨ ਇਹ ਵੀ ਬਣ ਜਾਂਦਾ ਕਿ ਵਿੱਚੋਂ ਦੀ ਫੋਲੋਇੰਗ ਇਜ਼ ਓਪਨ ਸੋਰਸ ਉਸ ਤੋਂ ਪਹਿਲਾਂ ਆਪਾਂ ਇਹ ਦੇਖਾਂਗੇ ਵੀ ਓਪਨ ਸੋਰਸ ਦਾ ਮਤਲਬ ਕੀ ਹੈ ਫਿਰ ਹੋਈ ਗੱਲ ਸੋ ਹੁਣ ਆਪਾਂ ਐਲ ਐਮ ਐਸ ਤੇ ਆਈ ਐਲ ਐਸ ਬਾਰੇ ਥੋੜਾ ਜਿਹਾ ਥਿਊਰੀ ਦੇ ਵਿੱਚ ਪੜ੍ਹਦੇ ਆ ਇਹ ਇੰਟੀਗ੍ਰੇਟਿਡ ਲਾਇਬ੍ਰੇਰੀ ਸਿਸਟਮ ਹੈ ਆਈ ਐਲ ਐਸ ਤੇ ਇਹਨੂੰ ਲਾਇਬ੍ਰੇਰੀ ਮੈਨੇਜਮੈਂਟ ਸਿਸਟਮ ਵੀ ਕਿਹਾ ਜਾਂਦਾ ਹੈ It is an enterprise resource planning system for a library used to track items owned, order made, bill paid te patrons. Patrons ki hunde ne? Who borrowed. Patrons jehde kitaban kutuban le jaande ne, paise membership de ke kitaban kutuban le jaande ne. Theek hai? Library patron mean the an individual or group who has paid the annual membership fees to the library for the purpose of borrowing item from the library. ਉਹਨਾਂ ਨੂੰ ਪੈਟਰਨਸ ਬੋਲਦੇ ਆ ਜਿਹੜੇ ਮੈਂਬਰਸ਼ਿਪ ਲੈ ਕੇ ਕਿਤਾਬਾਂ ਦੇ ਦੁਬਾਂ ਲੈ ਜਾਂਦੇ ਨੇ ਕਲੀਅਰ ਹੋਈ ਗੱਲ ਤਾਂ ਅੱਗੇ ਹੈਗਾ ILS ਯੂਸੂਲੀ ਇਜ਼ ਕਨਸੀਡਰਡ ਅ ਕਨਸਟੀਟਿਊਟਡ ਆਫ ਅ ਰਿਲੇਸ਼ਨਲ ਡਾਟਾਬੇਸ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਇਹ ਸਾਰੇ ਕੰਮ ਜਿਹੜੇ ਹੈਗੇ ਨੇ ਸਾਨੂੰ ਚਾਹੀਦੇ ਨੇ ਆਈਟਮਾਂ ਓਨਡ ਕਰਨੀਆਂ ਬੋਰੋ ਆਰਡਰ ਬਣਾਉਣੇ ਬਿੱਲ ਪੇ ਕਰਨੇ ਪੈਟਰਨ ਨੂੰ ਮੈਨੇਜਮੈਂਟ ਕਰਨਾ ਨਵੀਂ ਯੂਜ਼ਰ ਦੀ ਇਹ ਪੈਟਰਨ ਦੇ ਵਿੱਚ ਸਾਰੇ ਆ ਗਿਆ ਨਾ ਬੋਰੋ ਕਰ ਲਿਆ ਉਹਨੇ ਰਿਟਰਨ ਕਰਤੀਆ ਯੂਜ਼ਰ ਆਈਡੀ ਬਣਾਲੀ ਸਰਚ ਕਰ ਲਿਆ ਇਹ ਸਾਰੇ ਕੰਮ ਸਾਨੂੰ ਚਾਹੀਦੇ ਨੇ ਤੇ ਉਹਨੂੰ ਮੈਨੇਜ ਕੌਣ ਕਰਦਾ ਐ ਐਲ ਐਮ ਐਸ ਸੌਫਟਵੇਅਰ ਟੂ ਇੰਟਰੈਕਟ ਵਿਦ ਥੇ ਡਾਟਾਬੇਸ ਉਹ ਡਾਟਾਬੇਸ ਦੇ ਨਾਲ ਇੰਟਰੈਕਟ ਕਿਹੜਾ ਕਰੂਗਾ ਸੌਫਟਵੇਅਰ ਉਹਦੇ ਲਈ ਆਪਾਂ ਕੋਹੇ ਵਰਗੇ ਪੜ੍ਹ ਲਏ ਹਨਾ ਐਂਡ ਟੂ ਗ੍ਰਾਫੀਕਲ ਯੂਜ਼ਰ ਇੰਟਰਫੇਸ ਇੱਕ ਕਹਿੰਦਾ ਪੈਟਰਨ ਵਾਸਤੇ ਹੋਵੇ ਤੇ ਇੱਕ ਸਟਾਫ ਵਾਸਤੇ ਉਹ ਦੋ ਸਾਨੂੰ ਯੂਜ਼ਰ ਇੰਟਰਫੇਸ ਵੀ ਚਾਹੀਦੇ ਨੇ ਉਸਦੇ ਤੇ ਇਹ ਜੀ ਯੂ ਆਈ ਮੋਡ ਦੇ ਵਿੱਚ ਹੀ ਹੁੰਦੇ ਨੇ ਜ਼ਿਆਦਾਤਰ ਸੀ ਐਲ ਆਈ 'ਚ ਵੀ ਕੰਮ ਕਰ ਸਕਦੇ ਆਪਾਂ ਇਹ ਲਿਨਕਸ ਦੇ ਵਿੱਚ ਤੁਸੀਂ ਸੌਫਟਵੇਅਰ ਵਰਤੇ ਹੋਣਗੇ ਜ਼ਿਆਦਾਤਰ ਲਿਨਕਸ ਦੀਆਂ ਕਮਾਂਡ ਕੀਤੀਆਂ ਹੋਣੀਆਂ ਜੇ ਤੁਸੀਂ ਲਿਨਕਸ 'ਚ ਕੰਮ ਕਰਨਾ ਕਮਾਂਡ ਲਾਈਨ ਫਿਰ ਤਾਂ ਤੁਸੀਂ ਕਹੋਗੇ ਸੀਐਲਆਈ ਐ ਕਮਾਂਡ ਲਾਈਨ ਇੰਟਰਫੇਸ ਜੇ ਤੁਸੀਂ ਵਿੰਡੋਜ਼ ਕਰਨਾ ਫਿਰ ਹੁੰਦਾ ਗ੍ਰਾਫੀਕਲ ਯੂਜ਼ਰ ਇੰਟਰਫੇਸ ਠੀਕ ਹੈ ਸੋ ਹੋਰ ਦੇਖ ਲੈਣਾ ਇੱਕ ਦੋ ਲੈਣਾ ਮੋਸਟ ਆਈਐਲਐਸ ਸੈਪਰੇਟ ਸੌਫਟਵੇਅਰ ਫੰਕਸ਼ਨ ਇਨਟੂ ਡਿਸਕਰੀਟ ਪ੍ਰੋਗਰਾਮਸ ਕਾਲਡ ਮੋਡਿਊਲਸ ਈਚ ਆਫ ਥੈਮ ਇੰਟੀਗ੍ਰੇਟਿਡ ਵਿਦ ਯੂਨੀਫਾਈਡ ਇੰਟਰਫੇਸ ਕਹਿੰਦਾ ਹਰੇਕ ਐਲਐਮਐਸ ਹੈ ਨਾ ਜਿਹੜਾ ਆਈਐਲਐਸ ਹੈ ਜਾ ਉਹ ਸਾਰੇ ਫੰਕਸ਼ਨ ਨੂੰ ਸੈਪਰੇਟ ਕਰ ਦਿੰਦਾ ਹੈ ਮੋਡਿਊਲਸ ਦੇ ਵਿੱਚ ਬਟ ਐਜ਼ ਇੱਕ ਕੀ ਕਰਦਾ ਉਹ ਇੱਕ ਯੂਨੀਫਾਈਡ ਇੰਟਰਫੇਸ ਬਣਾਉਂਦਾ ਜਿਵੇਂ ਅਨ ਲੇਮਨ ਐਗਜ਼ਾਮਪਲ ਲੈ ਲੈਨੇ ਆ ਆਪਣੇ ਘਰੇ ਕੀ ਹੁੰਦਾ ਕਿ ਮੋਸਟਲੀ ਫੈਮਿਲੀ ਦਾ ਇੱਕ ਪਰਸਨ ਹੈਡ ਹੁੰਦਾ ਜਿਹੜਾ ਸਾਰੀਆਂ ਗਤੀਵਿਧੀਆਂ ਦੇਖਦਾ ਪਰ ਆਪਣੇ ਆਪ ਦੇ ਵਿੱਚ ਸਾਰੇ ਬੰਦੇ ਇੰਡੀਪੈਂਡੈਂਟਲੀ ਕੰਮ ਕਰਦੇ ਨੇ ਤੇ ਡਿਸੀਜਨ 메ਕਿੰਗ ਇੱਕ ਦੀ ਹੋ ਜਾਂਦੀ ਹੈ ਤੇ ਘਰ ਤਾਂ ਇੱਕੋ ਹੀ ਵੱਜੂਗਾ ਹਨਾ ਸੋ ਇਹੀ ਇਹ ਕੰਮ ਕਰਦਾ ਤੇ ਕਿਹੜੇ ਕਿਹੜੇ ਮੋਡਿਊਲ ਹੁੰਦੇ ਨੇ ਐਕਵੀਜ਼ੀਸ਼ਨ ਮੋਡਿਊਲ ਹੁੰਦਾ ਹੈ ਨਾ ਜਿਦੇ ਵਿੱਚ ਆਰਡਰਿੰਗ ਰੀਸੀਵਿੰਗ ਐਂਡ ਇਨਵੋਇਸ ਮਟੀਰੀਅਲ ਕਰਲਾ ਇਨਵੋਇਸ ਮਟੀਰੀਅਲ ਦਾ ਕਰ ਲਿਆ ਆਪਾਂ ਹਨਾ ਜਿਦੇ ਵਿੱਚ ਕਿਤਾਬਾਂ ਖਰੀਦ ਲੀਆਂ ਰੀਸੀਵ ਕਰ ਲੀਆਂ ਤੇ ਬਿੱਲ ਦੇਤਾ ਕੈਟਲੋਗਿੰਗ ਉਹਨਾਂ ਦੀ ਕਲਾਸੀਫਿਕੇਸ਼ਨ ਤੇ ਡੈਕਸਿੰਗ ਕਰਤੀ ਸਰਕੂਲੇਸ਼ਨ ਮਟੀਰੀਅਲ ਟੂ ਪੈਟਰਨਸ ਐਂਡ ਰੀਸੀਵਿੰਗ ਥੈਮ ਬੈਕ ਉਹਨਾਂ ਨੂੰ ਮਟੀਰੀਅਲ ਦੇ ਦੇਣਾ ਪੈਟਰਨ ਨੂੰ ਜਿਹੜੇ ਸਟੂਡੈਂਟਸ ਹੁੰਦੇ ਨੇ ਜਾਂ ਜੋ ਵੀ ਪੈਟਰਨ ਦਾ ਕੋਈ ਵੀ ਹੋ ਸਕਦਾ ਜ਼ਰੂਰਤ ਤਾਂ ਨਹੀਂ ਸਟੂਡੈਂਟ ਹੈ ਟੀਚਰ ਵੀ ਹੋ ਸਕਦਾ ਹਨਾ ਤੇ ਉਹਨਾਂ ਤੋਂ ਵਾਪਸ ਲੈ ਲੈਣਾ ਇਹਨੂੰ ਸਰਕੂਲੇਸ਼ਨ ਹੈ ਸੀਰੀਅਲ ਤੇ ਮੈਗਜ਼ੀਨ ਵਗੈਰਾ ਨੂੰ ਟਰੈਕਿੰਗ ਕਰਨੀ ਜਰਨਲ ਐਂਡ ਨਿਊਜ਼ਪੇਪਰ ਹੋਲਡਿੰਗ ਕਰਨੀ ਉਹਨੂੰ ਸੰਭੇ ਰੱਖਣਾ ਜਿਵੇਂ ਤੁਸੀਂ ਰੱਖਦੇ ਹੋ ਸਾਰੇ ਹਨਾ ਉਹਨੂੰ ਪੇਪਰਾਂ ਇੰਜ ਪਾ ਕੇ ਤਾਂ ਕਰਕੇ ਰਿਕਾਰਡ 20 50 ਸਾਲਾਂ ਬਾਅਦ ਵੀ ਜੇ ਕੋਈ ਲੱਭੇ ਤਾਂ ਮਿਲ ਸਕੇ ਲਾਇਬ੍ਰੇਰੀ ਦਾ ਤਾਂ ਇਹੀ ਕੰਮ ਹੁੰਦਾ ਹੈ ਹਨਾ ਔਨਲਾਈਨ ਪਬਲਿਕ ਐਕਸੈਸ ਕੈਟਲੋਗਿੰਗ ਔਰ ਓਪੈਕ ਵਗੈਰਾ ਯੂਜ਼ ਕਰਨਾ ਤੁਸੀਂ ਔਨਲਾਈਨ ਹੀ ਬੰਦਿਆਂ ਨੂੰ ਸਾਰਾ ਡਾਟਾਬੇਸ ਦੀ ਕੈਟਲੋਗਿੰਗ ਪ੍ਰੋਵਾਈਡ ਕਰ ਦੋ ਕਿ ਔਨਲਾਈਨ ਹੀ ਬੰਦੇ ਨੂੰ ਜੇ ਮਿਲੇ ਉਹ ਤਾਂ ਹੀ ਆਵੇ ਤੁਹਾਡੇ ਕੋਲੇ ਤੇ ਅੱਜਕੱਲ੍ਹ PDF ਦਾ ਟ੍ਰੈਂਡ ਵੀ ਹੈ ਕਿ ਤੁਸੀਂ ਬਹੁਤ ਸਾਰੀਆਂ ਕਿਤਾਬਾਂ ਨੂੰ ਹੈ ਆਨਲਾਈਨ ਕੀਤੀਆਂ ਜਾ ਰਹੀਆਂ ਨੇ ਤੇ ਉਸੇ ਨੂੰ ਹੀ ਆਡੀਓ ਆਉਣ ਵਾਲੇ ਸਮੇਂ ਦੇ ਵਿੱਚ ਇਹ PDF ਤਾਂ ਬਹੁਤ ਟਾਈਮ ਦਾ ਹੈ ਉਹਨਾਂ ਦੇ ਸਮੇਂ ਵਿੱਚ ਇਹੀ ਕਿਤਾਬਾਂ ਆਡੀਓ ਫਾਰਮ 'ਚ ਵੀ ਮਿਲਣਗੀਆਂ ਆਡੀਓ ਪਲੇਟਫਾਰਮ ਡਿਵੈਲਪ ਹੋ ਗਏ ਹੋ ਵੀ ਜਾਣਗੇ ਜ਼ਿਆਦਾਤਰ ਬੰਦੇ ਕਿਉਂਕਿ ਅੱਜ ਕੱਲ ਕੋਈ ਪੜ੍ਹਨਾ ਪਸੰਦ ਨਹੀਂ ਕਰਦਾ ਲੋਕਾਂ ਦਾ ਰੁਝਾਨ ਘਟਦਾ ਜਾਂਦਾ ਹੈ ਤਾਂ ਆਨਲਾਈਨ ਫਾਰਮ 'ਚ ਜਾਣਗੀਆਂ ਚੀਜ਼ਾਂ ਠੀਕ ਹੈ ਆਡੀਓ ਫਾਰਮ 'ਚ ਤਾਂ ਹੁਣ ਆਪਾਂ ਦੇਖਦੇ ਹਾਂ ਕੋਹਾ ਕੋਹਾ ਇੱਕ ਜਿਹੜਾ ਸੌਫਟਵੇਅਰ ਹੈ ਇਨੀਸ਼ੀਅਲੀ ਇਹ 2000 ਜਨਵਰੀ 2000 ਦੇ ਵਿੱਚ ਰਿਲੀਜ਼ ਹੋਇਆ ਤੇ ਇਹ ਬਣ ਗਿਆ ਸੀ 1999 ਦੇ ਵਿੱਚ ਤੇ ਇਨੀਸ਼ੀਅਲੀ ਰਿਲੀਜ਼ ਹੋਇਆ ਸੀ 2000 ਦੇ ਵਿੱਚ ਠੀਕ ਆ ਨੇਮ ਕਿੱਥੋਂ ਆਇਆ ਇਹ ਮਾਰੀਓ ਲੈਂਗੁਏਜ ਦੇ ਵਿੱਚੋਂ ਆਇਆ ਨਿਊਜ਼ੀਲੈਂਡ ਦੀ ਮਾਇਓਰੀ ਮਾਇਓਰੀ ਸੋਰੀ ਮਾਰੀਓ ਨਹੀਂ ਮਾਇਓਰੀ ਮਾਇਓਰੀ ਲੈਂਗੁਏਜ ਨਿਊਜ਼ੀਲੈਂਡ ਦੀ ਸੀਗੀ ਉਸ ਉੱਥੋਂ ਇਹ ਸ਼ਬਦ ਦੀ ਉਤਪਤੀ ਹੋਈ ਕੋਹਾ ਤੇ ਕਿਹਨੇ ਦਵਾ ਬੰਦੇ ਨੇ ਬਣਾਇਆ ਸੀ ਇਹ ਕੈਟਿਪੋ ਕੈਟਿਪੋ ਇਹ ਵੀ ਨਿਊਜ਼ੀਲੈਂਡ ਦਾ ਹੀ ਸੀ ਫੰਦਾ ਠੀਕ ਹੈ ਸੋ ਟਾਈਪ ਕੀ ਹੈ ਇਹ ਓਪਨ ਸੋਰਸ ਇੰਟੀਗ੍ਰੇਟਿਡ ਲਾਇਬ੍ਰੇਰੀ ਸਿਸਟਮ ਹੈ ਇਹ ਇੰਟੀਗ੍ਰੇਟਿਡ ਲਾਇਬ੍ਰੇਰੀ ਸਿਸਟਮ ਦਾ ਹੁਣ ਤੁਹਾਨੂੰ ਸਮਝ ਆ ਗਿਆ ਵੀ ਉਹ ਮੈਨੇਜਮੈਂਟ ਪੂਰੀ ਦੀ ਪੂਰੀ ਤੇ ਉਹਦੇ ਵਿੱਚੋਂ ਇਹ ਓਪਨ ਸੋਰਸ ਸੌਫਟਵੇਅਰ ਹੈ ਓਪਨ ਸੋਰਸ ਕੀ ਹੁੰਦਾ ਮੈਂ ਦੱਸੂਗਾ ਹਜੇ ਹੋਲਡ ਕਰ ਲਓ ਫਿਲਹਾਲ ਤਾਂ ਓਪਨ ਸੋਰਸ ਇੰਟੀਗ੍ਰੇਟਿਡ ਲਾਇਬ੍ਰੇਰੀ ਸੌਫਟਵੇਅਰ ਹੈ ਲਾਇਸੈਂਸ ਹੈਗਾ ਜਿਹੜਾ ਇਹ ਜੀਪੀਐਲ ਦੇ ਅੰਡਰ ਲੌਂਜ ਦਾ ਜੀਪੀਐਲ 3.0 ਜਰਨਲ ਪਬਲਿਕ ਲਾਇਸੈਂਸ ਇਹ ਵੀ ਯਾਦ ਰੱਖ ਲਿਓ ਜਰਨਲ public license ਠੀਕ ਹੈ GPL 3 اور ਲਿਟਰਰੀ ਇਸ ਤੋਂ ਜ਼ਿਆਦਾ ਅਗਲੇ ਵਰਜ਼ਨ ਦੇ ਵੀ ਚੱਲ ਸਕਦਾ ਸਟੇਬਲ ਰੀਲੀਜ਼ ਆ ਇਹਦਾ ਇਹਦੇ ਤੇ ਕੁਐਸਚਨ ਬਣੂਗਾ ਹੀ ਬਣੂਗਾ ਪੱਕਾ ਕੋਹਾ ਦਾ ਜਿਹੜਾ ਸਟੇਬਲ ਰਿਲੀਜ਼ ਹੈ ਅਗਸਤ 2022 ਚ ਹੋਇਆ 22.0.5.04 22.05.04 ਇਹਦੀ سپورਟ ਹੈਗੀ ਹੈ 11ਵੇਂ ਮਹੀਨੇ 2023 ਤੱਕ ਇਹਦੇ ਚੋ ਕੁਐਸ਼ਨ ਸਿੱਧਾ ਪੁੱਛਿਆ ਜਾ ਸਕਦਾ ਹੈ ਕਿ ਲੇਟੈਸਟ ਰਿਲੀਜ਼ ਕੋਹਾ ਦਾ ਕਿਹੜਾ ਹੈ 22.0.1 ਕੱਲਾ ਇੰਨਾ ਵੀ ਦੇ ਸਕਦਾ 22.05 ਤੇ ਪੂਰਾ ਵੀ ਦੇ ਸਕਦਾ 22.0.50.4 ਤੇ ਅਗਸਤ 2022 ਚ ਰਿਲੀਜ਼ ਹੋਇਆ ਇਹਦੀ 1 ਸਾਲ ਦੀ ਸਪੋਰਟ ਹੈ ਉਸ ਤੋਂ ਬਾਅਦ ਇਹ ਨਵਾਂ ਲਿਆਉਣਗੇ ਤਾਂ ਹੀ ਤਾਂ ਹੀ ਉੱਥੇ ਤੱਕ ਸਪੋਰਟ ਹੈ ਨਾ ਤੇ ਕਿਹੜੀ ਇਹ ਕੀ ਓਪਨ ਸੋਰਸ ਹੈਗਾ ਬਿਲਕੁਲ ਹੈਗਾ ਕਿਹੜੇ ਬੰਦੇ ਦੁਆਰਾ ਬਣਾ ਹੈਗਾ ਬੇਸਿਕ ਜੇ ਕੁਐਸ਼ਨ ਬਣਦੇ ਨੇ ਸਾਰੇ ਇਸੇ ਦੇ ਵਿੱਚੋਂ ਹੀ ਹਨਾ ਤੇ ਰਿਟਨ ਆ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਪਰਲ ਜਾਵਾਸਕ੍ਰਿਪਟ ਤੇ ਐਚਟੀਐਮਐਲ ਤਿੰਨ ਲੈਂਗੁਏਜ ਆ ਯੂਜ਼ ਹੋਈਆਂ ਨੇ ਇਹਨੂੰ ਲਿਖਣ ਦੇ ਲਈ ਪਰਲ ਜਾਵਾਸਕ੍ਰਿਪਟ ਤੇ ਐਚਟੀਐਮਐਲ ਐਚਟੀਐਮਐਲ ਹੁੰਦਾ ਹੈ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ ਕਲੀਅਰ ਪ੍ਰੋਗਰਾਮਿੰਗ ਸਿਸਟਮ ਕਿਹਦੇ ਤੇ ਚੱਲਦਾ ਹੈ ਇਹ ਲਿਨਕਸ ਤੇ ਚੱਲਦਾ ਹੁਣ ਤੁਸੀਂ ਕਹੋਗੇ ਤਾਂ ਵਿੰਡੋ ਤੇ ਵੀ ਚੱਲਦਾ ਹੈ ਨਾ ਪਰ ਇਹ ਚੱਲਦਾ ਇਹਦੀ ਫਾਈਲ ਹੈ ਜਿਹੜੀ .exe ਫਾਈਲ ਨਹੀਂ ਤੁਹਾਨੂੰ ਮਿਲੂਗੀ ਕਦੇ ਕਿਉਂਕਿ ਵਿੰਡੋ ਦੇ ਵਿੱਚ ਤਾਂ .exe ਫਾਈਲਾਂ ਚੱਲਦੀਆਂ ਨੇ ਸੌਫਟਵੇਅਰ ਜਿਹੜਾ ਤੁਸੀਂ ਡਾਊਨਲੋਡ ਕਰੋਗੇ .exe ਫਾਈਲ 'ਚ ਨਹੀਂ ਹੋਊਗਾ ਚੱਲੂਗਾ ਲਾਈਨਿਕਸ ਤੇ ਬਟ ਵਿੰਡੋ ਦੇ ਵਿੱਚ ਇੱਕ ਅੱਜਕੱਲ ਬਹੁਤ ਸਾਰੇ ਕ੍ਰਾਸ ਪਲੇਟਫਾਰਮ ਪ੍ਰੋਵਾਈਡਰ ਆ ਗਏ ਨਾ ਵੀ ਤੁਸੀਂ ਲਾਈਨਿਕਸ ਦਾ ਕੋਡ ਵਿੰਡੋ ਚ ਚਲਾ ਸਕਦੇ ਹੋ ਉਹ ਕੋਡ ਚੱਲਣ ਦੇ ਲਈ ਜਿਹੜੀ ਚੀਜ਼ ਚਾਹੀਦੀ ਹੁੰਦੀ ਹੈ ਉਹਨਾਂ ਕ ਪਲੇਟਫਾਰਮ ਇੱਕ ਸੌਫਟਵੇਅਰ ਵਿੰਡੋ ਚ ਇੰਸਟਾਲ ਕਰੋ ਉਹਦੇ ਤੇ ਉਹ ਚੱਲ ਜਾਂਦਾ ਸੋ ਵਿੰਡੋ ਚ ਚੱਲਦਾ ਹੈ ਪਰ ਅਸਲ ਦੇ ਵਿੱਚ ਇਹ ਲਾਈਨਿਕਸ ਦੇ 베ਸ ਤੇ ਹੀ ਬਣਾਇਆ ਗਿਆ ਠੀਕ ਹੈ ਡਾਟਾਬੇਸ ਕਿਹੜੇ-ਕਿਹੜੇ ਯੂਜ਼ ਕਰਦਾ ਹੈ ਇਹ ਮਾਰੀਆ ਡੀਬੀ ਡਾਟਾਬੇਸ ਤੇ ਮਾਈ ਸਿਕੁਲ ਇਹ ਬਹੁਤ ਜਿਆਦਾ ਇੰਪੋਰਟੈਂਟ ਹੈ ਤਿੰਨ ਚਾਰੇ ਗੱਲਾਂ ਯਾਦ ਰੱਖਣੀਆਂ ਨੇ ਇਹ ਪੁੱਛੀਆਂ ਜਾਣੀਆਂ ਕਿਹੜੇ ਡਾਟਾਬੇਸ ਤੇ ਯੂਜ਼ ਕਰਦਾ ਹੈ ਮਾਰੀਆ ਡੀਬੀ ਔਰ ਮਾਈ ਸਿਕੁਲ ਕਲੀਅਰ ਹੋਈ ਗੱਲ ਤੇ ਅਵੇਲੇਬਲ ਹੈ ਇਹ 26 ਭਾਸ਼ਾਵਾਂ ਦੇ ਵਿੱਚ ਅਵੇਲੇਬਲ ਆ ਆਪਣੇ ਕੋਲੇ ਤੇ ਵੈਬਸਾਈਟ ਇਹਦੀ ਕਿਹੜੀ ਆ kohacommunity.org ਤੇ ਹੋ ਸਕਦਾ ਕੋਈ ਇਨਫੋਰਮੇਸ਼ਨ ਦੇ ਵਿੱਚ ਥੋੜਾ ਬਹੁਤ ਫਰਕ ਹੋਵੇ ਤੁਸੀਂ ਕੁਝ ਹੋਰ ਪੜ੍ਹਿਆ ਹੋਵੇ ਜਾਂ ਤੁਹਾਨੂੰ ਲੱਗਦਾ ਹੋਵੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਆਪਾਂ ਦੁਰਸਤ ਕਰ ਲਾਂਗੇ ਚੀਜ਼ਾਂ ਠੀਕ ਹੈ ਕਿਉਂਕਿ ਤੁਸੀਂ ਤੁਹਾਡਾ ਮੇਨ ਸਬਜੈਕਟ ਹੈ ਮੈਂ ਤਾਂ ਸੌਫਟਵੇਅਰ ਬਾਰੇ ਜਾਣਕਾਰੀ ਦੇ ਰਿਹਾ ਤੁਹਾਨੂੰ ਮੈਨੂੰ ਸੌਫਟਵੇਅਰ ਦਾ ਪਤਾ ਹੈ ਕਿ ਓਪਨ ਸੋਰਸ ਕੀ ਹੁੰਦਾ ਕੀ ਕੰਮ ਕਰਦਾ ਹੈ ਬਾਕੀ ਡਿਟੇਲ ਤੁਹਾਨੂੰ ਪਤਾ ਨਹੀਂ ਜ਼ਿਆਦਾ ਚੀਜ਼ਾਂ ਠੀਕ ਆ ਸੋ ਮੈਨੂੰ ਕਮੈਂਟ ਕਰ ਸਕਦੇ ਹੋ ਤੁਸੀਂ ਇੰਸਟਾਗ੍ਰam ਦੀ ਮੈਂ ਆਈਡੀ ਦਿੱਤੀ ਹੋਈ ਆ ਤੁਸੀਂ ਉੱਥੇ ਜਾ ਕੇ ਕਮੈਂਟ ਕਰ ਦਿਓ ਇਹ ਤੇ YouTube ਤੇ ਤਾਂ ਕਈ ਵਾਰੀ ਧਿਆਨ ਨਹੀਂ ਰਹਿੰਦਾ ਉੱਥੇ ਤੁਸੀਂ ਹੁਣ ਦੱਸ ਸਕਦੇ ਹੋ ਮੈਂ ਕਈ ਵਾਰੀ ਲੇਟ ਕੰਮ ਦੇ ਵਿੱਚ ਬਿਜ਼ੀ ਹੁੰਨਾ ਮੈਨਾਂ ਧਿਆਨ ਨਹੀਂ ਹੁੰਦਾ ਜੇ ਫਾਸਟ ਕਮੈਂਟ ਦਾ ਆਨਸਰ ਚਾਹੀਦਾ ਤਾਂ ਇੰਸਟਾਗ੍ਰam ਤੇ ਕਰੋ ਅਦਰਵਾਈਜ਼ YouTube ਤੇ ਕਰ ਦਿਓ ਠੀਕ ਆ ਤਾਂ ਹੁਣ ਆਪਾਂ ਦੇਖਦੇ ਆ ਓਪਨ ਸੋਰਸ ਸੌਫਟਵੇਅਰ ਕੀ ਹੁੰਦੇ ਨੇ ਆਪਾਂ ਕਿਹਾ ਸੀ ਨਾ ਵੀ ਕੋਹਾ ਇੱਕ ਓਪਨ ਸੋਰਸ ਸੌਫਟਵੇਅਰ ਹੈ ਹੁਣ ਆਪਾਂ ਇਹ ਦੇਖ ਲੈਨੇ ਆ ਵੀ ਓਪਨ ਸੋਰਸ ਸੌਫਟਵੇਅਰ ਕੀ ਹੁੰਦੇ ਨੇ ਤਾਂ ਆਪਾਂ ਨੂੰ ਪਤਾ ਹੈ ਵੀ ਕੰਪਿਊਟਰ ਦੇ ਵਿੱਚ ਪ੍ਰੋਗਰਾਮ ਹੈ ਕੋਡ ਹੈ ਜਿਹੜਾ ਇਹ ਲੈਂਗੁਏਜ ਚ ਲਿਖਿਆ ਜਾਂਦਾ ਇਹਨੂੰ ਹਾਈ ਲੈਵਲ ਲੈਂਗੁਏਜ ਬੋਲ ਦਿੰਦੇ ਆ ਤੇ ਇਧਰਲੀ 0 1 ਵਾਲੀ ਇਹ ਲੋ ਲੈਵਲ ਲੈਂਗੁਏਜ ਹੈ ਹੈਨਾ ਇੱਥੇ ਪ੍ਰੋਗਰਾਮ ਲਿਖਿਆ ਜਾਊਗਾ ਇਹਨੂੰ ਬੋਲਾਂਗੇ ਆਪਾਂ ਸੋਰਸ ਕੋਡ ਤੇ ਜਦੋਂ ਇਹਨੂੰ ਕਨਵਰਟ ਕਰ ਦਾਂਗੇ ਇਹਨੂੰ ਆਬਜੈਕਟ ਕੋਡ ਐਗਜ਼ੀਕਿਊਟੇਬਲ ਕੋਡ ਜਾਂ ਮਸ਼ੀਨ ਕੋਡ ਇਹ ਜੋ ਮੈਂ ਤੁਹਾਨੂੰ ਦੱਸ ਰਿਹਾ ਓਪਨ ਸੋਰਸ ਵਾਲਾ ਕਨਸੈਪਟ ਇਹ ਮੈਂ ਚੌਥੇ ਚੈਪਟਰ ਦੇ ਬੇਸਿਕ ਲੈਵਲ ਦੇ ਵਿੱਚ ਵੀ ਚੰਗੀ ਤਰ੍ਹਾਂ ਐਕਸਪਲੇਨ ਕੀਤਾ ਹੋਇਆ ਤਾਂ ਕਰਕੇ ਇੱਥੇ ਮੈਂ ਜ਼ਿਆਦਾ ਡੀਪ ਚ ਨਹੀਂ ਜਾਊਗਾ ਥੋੜਾ ਜਿਹਾ ਦੱਸੂਗਾ ਤੁਸੀਂ ਉਹ ਵੀਡੀਓ ਦੇਖੀ ਹੋਣੀ ਆਈ ਥਿੰਕ ਜੇ ਨਹੀਂ ਦੇਖੀ ਤਾਂ ਮੈਂ ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਉੱਥੇ ਤੁਸੀਂ ਜਾ ਕੇ ਦੇਖ ਸਕਦੇ ਹੋ ਠੀਕ ਹੈ ਸੋ ਕੰਪਿਊਟਰ ਨੂੰ ਇੱਕੋ ਹੀ ਭਾਸ਼ਾ ਸਮਝ ਆਉਂਦੀ ਹੈ ਜਿਹਨੂੰ ਬਾਈਨਰੀ ਲੈਂਗੁਏਜ ਕਹਿੰਦੇ ਨੇ ਆਪਾਂ ਜਾਂ 0 1 ਵਾਲੀ ਆ ਭਾਸ਼ਾ ਤੇ ਇਨਸਾਨਾਂ ਨੂੰ ਹਾਈ ਲੈਵਲ ਸਮਝ ਆਉਂਦੀ ਹੈ ਤਾਂ ਆਪਾਂ ਹਾਈ ਲੈਵਲ ਲੈਂਗੁਏਜ ਦੇ ਵਿੱਚ ਕੋਡ ਨੂੰ ਲਿਖਾਂਗੇ ਬਾਅਦ ਦੇ ਵਿੱਚ ਟਰਾਂਸਲੇਟਰ ਦੁਆਰਾ ਉਹਨੂੰ ਲੋਅ ਲੈਵਲ ਦੇ ਵਿੱਚ ਕਨਵਰਟ ਕਰਦਾਂਗੇ ਠੀਕ ਆ ਸੋ ਇਸੇ ਨੂੰ ਹੀ ਆਪਾਂ ਤਿੰਨ ਟਰਾਂਸਲੇਟਰ ਵਰਤੇ ਜਾਂਦੇ ਨੇ ਕੰਪਾਈਲਰ ਇੰਟਰਪ੍ਰੀਟਰ ਤੇ ਅਸੈਂਬਲਰ ਇਹ ਕੰਪਿਊਟਰ ਵਾਲੇ ਪੋਰਸ਼ਨ ਦੇ ਵਿੱਚ ਆਊਗਾ ਆਪਾਂ ਨੂੰ ਇਹ ਮੈਂ ਲੈਂਗੁਏਜ ਵਾਲੇ ਚੈਪਟਰ ਦੇ ਵਿੱਚ ਕਰਵਾਉਂਗਾ ਵੀ ਟਰਾਂਸਲੇਟਰ ਕੀ ਹੁੰਦੇ ਨੇ ਕੰਪਾਈਲਰ ਇੰਟਰਪ੍ਰੀਟਰ ਤੇ ਅਸੈਂਬਲਰ ਕੀ ਕੰਮ ਹੁੰਦਾ ਇਹਨਾਂ ਦਾ ਬਟ ਬੇਸਿਕ ਯਾਦ ਰੱਖ ਲਿਓ ਇਹ ਕੀ ਕਰਦੇ ਨੇ ਹਾਈ ਲੈਵਲ ਲੈਂਗੁਏਜ ਨੂੰ ਲੋ ਲੈਵਲ ਦੇ ਵਿੱਚ ਕਨਵਰਟ ਕਰ ਦਿੰਦੇ ਨੇ ਹਾਈ ਲੈਵਲ ਲੈਂਗੁਏਜ ਹੈ ਲੋ ਲੈਵਲ ਆ ਤਾਂ ਹੁਣ ਕਿਸੇ ਵੀ ਸੌਫਟਵੇਅਰ ਦਾ ਜੇ ਇਹ ਵਾਲਾ ਪੋਰਸ਼ਨ ਸਾਨੂੰ ਨਾ ਮਿਲੇ ਤਾਂ ਆਹੀ ਐਗਜ਼ੀਕਿਊਟ ਹੋਣ ਲਈ ਮਿਲ ਜੇ ਤਾਂ ਅਸੀਂ ਬੋਲਦਾਗੇ ক্লোਜ਼ ਸੋਰਸ ਆਪਾਂ ਪਹਿਲਾਂ ਲੇਮਨ ਐਗਜ਼ਾਮਪਲ ਲੈਨੇ ਜਿਹੜੀ ਮੋਸਟਲੀ ਆਪਾਂ ਐਗਜ਼ਾਮਪਲ ਲੈਨੇ ਹੁੰਦੇ ਆ ਬਿਗ ਰੈਸਟੋਰੈਂਟ ਤੇ ਆਪਾਂ ਖਾਣਾ ਲੈਣ ਚਲੇ ਗਏ ਉਹ ਰੈਸਟੋਰੈਂਟ ਵਾਲਿਆਂ ਨੇ ਸਾਨੂੰ ਖਾਣਾ ਦੇਤਾ ਬਟ ਰੈਸਪੀ ਨਹੀਂ ਦੱਸੀ ਕਿਉਂ ਕਿਉਂਕਿ ਅਸੀਂ ਰੈਸਪੀ ਲੈ ਕੇ ਉਸੇ ਤੋਂ ਹੀ ਪੈਸੇ ਕਮਾਉਣ ਲੱਗ ਜਾਂਗੇ ਅੱਗੇ ਵੇਚਣ ਲੱਗ ਜਾਂਗੇ ਤਾਂ ਉਹਨੇ ਕੱਲਾ ਖਾਣਾ ਦੇਤਾ ਤਾਂ ਸੌਫਟਵੇਅਰ ਹੁੰਦਾ ਜਿਹੜਾ ਵਿੰਡੋ ਦੇ ਵਿੱਚ .exe ਫਾਈਲ ਬਣਦੀ ਹੈ ਤੇ ਉਹ ਇਸੇ ਭਾਸ਼ਾ 'ਚ ਹੀ ਚੱਲਦਾ ਤਾਂ ਉਹ ਸਾਨੂੰ ਸੋਰਸ ਕੋਡ ਨਹੀਂ ਦਿੰਦੇ ਉਹਨਾਂ ਨੂੰ ਕੀ ਲੋੜਾ ਸੋਰਸ ਕੋਡ ਦੇਣ ਦੀ ਜੇ ਸਾਨੂੰ ਸੋਰਸ ਕੋਡ ਦੇਤਾ ਅਸੀਂ ਉਹ ਸੋਰਸ ਕੋਡ ਦੇ ਨਾਲ ਚਲਾ ਕੇ ਹੀ ਸੌਫਟਵੇਅਰ ਅੱਗੇ ਵੇਚਣ ਲੱਗ ਜਾਂਗੇ ਅਸੀਂ ਇਹਨਾਂ ਤੋਂ ਕਿਉਂ ਖਰੀਦਾਂਗੇ ਇੱਕ ਬੰਦਾ ਖਰੀਦ ਲੂਗਾ ਬਾਕੀ ਸਾਰਿਆਂ ਨੂੰ ਅਸੀਂ ਆਪ ਦੇ ਪੱਲਿਓਂ ਘੱਟ ਪੈਸਿਆਂ ਦਾ ਵੇਚਣ ਲੱਗ ਜਾਂਗੇ ਤਾਂ ਕੰਪਨੀ ਦਾ ਨੁਕਸਾਨ ਹੋ ਜੂ ਤਾਂ ਕੰਪਨੀ ਸਾਨੂੰ ਕਦੇ ਵੀ ਹਾਈ ਲੈਵਲ ਲੈਂਗੁਏਜ ਦਾ ਕੋਡ ਪ੍ਰੋਵਾਈਡ ਨਹੀਂ ਕਰਦੀ ਤੇ ਜਿਹੜੇ ਸੌਫਟਵੇਅਰਾਂ ਦਾ ਆਹ ਵਾਲਾ ਕੋਡ ਸਾਨੂੰ ਮਿਲ ਜੇ ਸੋਰਸ ਕੋਡ ਸਾਨੂੰ ਮਿਲ ਜੇ ਉਹਨਾਂ ਨੂੰ ਅਸੀਂ ਓਪਨ ਸੋਰਸ ਬੋਲਦੇ ਹਾਂ ਕਿ ਉਹ ਸੋਰਸ ਕੋਡ ਸਾਨੂੰ ਮਿਲ ਜਾਂਦਾ ਕਿ ਤੁਸੀਂ ਫ੍ਰੀ ਸੌਫਟਵੇਅਰ ਲੈ ਸਕਦੇ ਹੋ ਅੱਗੇ ਚੇਂਜਸ ਕਰੋ ਮੋਡੀਫਾਈ ਕਰੋ ਸੌਫਟਵੇਅਰ ਨੂੰ ਅਪਡੇਟ ਕਰੋ ਬਾਕੀ ਲੋਕਾਂ ਨੂੰ ਵੀ ਤੁਸੀਂ ਫ੍ਰੀ ਦੇਣਾ ਓਸੇ ਨੂੰ ਹੀ ਆਪਾਂ ਜੀਪੀਐਲ ਲਾਇਸੈਂਸ ਬੋਲਦੇ ਆ ਜਰਨਲ ਪਬਲਿਕ ਲਾਇਸੈਂਸ ਜਾਨੀ ਕਿ ਲੋਕਾਂ ਦਾ ਹੱਕ ਹੈ ਇਹਦੇ ਤੇ ਕਿਸੇ ਕਿਸੇ ਦੇ ਪਿਓ ਦੀ ਜ਼ਗੀਰ ਨਹੀਂ ਹੈਗੀ ਇਹ ਸੌਫਟਵੇਅਰ ਠੀਕ ਹੈ ਸੋ ਜਿਵੇਂ ਉਹ ਗਾਣੇ 'ਚ ਕਹਿੰਦਾ ਹੁੰਦਾ ਕਿਸੇ ਦੇ ਪਿਓ ਦੀ ਨਹੀਂ ਜ਼ਗੀਰ ਵਟਾ ਸਾਡੀਆਂ ਹਨਾ ਆਸ਼ਕੀ ਅਸੀਂ ਤੇ ਹੀਰ ਵਟਾ ਸਾਡੀਆਂ ਹਿੰਮਤ ਹਿੰਮਤ ਸੰਧੂ ਮੁੰਡਾ ਹਨਾ ਸੋ ਓਵੇਂ ਹੀ ਜਿਹੜਾ ਓਪਨ ਸੋਰਸ ਸੌਫਟਵੇਅਰ ਹੁੰਦਾ ਹੈ ਕਿਸੇ ਦੇ ਪਿਓ ਦੀ ਜ਼ਗੀਰ ਨਹੀਂ ਹੁੰਦਾ ਇਹ ਲੋਕਾਂ ਦੀ ਜ਼ਗੀਰ ਹੁੰਦਾ ਹੈ ਲੋਕ ਆਪਦੇ ਹਿਸਾਬ ਨਾਲ ਜੋ ਮਰਜ਼ੀ ਕਰ ਸਕਦੇ ਨੇ ਸੋ ਇਸੇ ਨੂੰ ਹੀ ਆਪਾਂ ਓਪਨ ਸੋਰਸ ਬੋਲਦੇ ਆਂ ਦੋ ਤਰ੍ਹਾਂ ਦੇ ਸੌਫਟਵੇਅਰ ਨੇ ਓਪਨ ਸੋਰਸ ਤੇ ਕਲੋਜ਼ਡ ਜਿਹੜੇ ਸੌਫਟਵੇਅਰ ਦਾ ਕੋਡ ਸਾਨੂੰ ਆਹ ਵਾਲਾ ਹਾਈ ਲੈਵਲ ਵਾਲਾ ਸੋਰਸ ਕੋਡ ਫ੍ਰੀ ਮਿਲ ਜੇ ਓਪਨ ਸੋਰਸ ਜਿਹਦਾ ਹਾਈ ਲੈਵਲ ਕੋਡ ਨਾ ਮਿਲੇ ਇਕੱਲਾ ਸੌਫਟਵੇਅਰ ਮਿਲ ਜੇ ਉਹਨੂੰ ਕੀ ਬੋਲਦੇ ਨੇ ਆਂ ਕਲੋਜ਼ ਸੋਰਸ ਸਕਰੀਨਸ਼ਾਟ ਲੈਣਾ ਲੈ ਸਕਦੇ ਹੋ ਦੋਨਾਂ ਦਾ ਇਹਦਾ ਲੈ ਸਕਦੇ ਹੋ ਤੇ ਇਹਦਾ ਵੀ ਲੈ ਸਕਦੇ ਹੋ ਤੁਹਾਨੂੰ ਕੰਮ ਆਊਗਾ ਪੇਪਰ ਦੇ ਵਿੱਚ ਠੀਕ ਹੈ ਦੇ ਹੁਣ ਓਪਨ ਸੋਰਸ ਉਹੀ ਮੈਂ ਦੱਸਦਾ ਵੀ ਕੀ ਕੀ ਕੰਮ ਹੁੰਦਾ ਇਹਦਾ ਵੀ ਸਕਰੀਨਸ਼ਾਟ ਲੈ ਲਿਓ ਪੜ੍ਹ ਲਿਓ ਕਿਹੜੇ ਕਿਹੜੇ ਸੌਫਟਵੇਅਰ ਓਪਨ ਸੋਰਸ ਹੋ ਸਕਦੇ ਨੇ ਅਪਾਚੇ ਐਚਟੀਟੀਪੀ ਵੈਬ ਸਰਵਰ ਜੀਐਨਯੂ ਕੰਪਾਈਲਰ ਕਲੈਕਸ਼ਨ Thundervorld ਈਮੇਲ ਕਲਾਈਂਟ ਮੂਡਲ ਓਪਨ ਆਫਿਸ ਇਹ ਇੰਪੋਰਟੈਂਟ ਨੇ ਲਿਬਰੇ ਓਫਿਸ ਇੰਪੋਰਟੈਂਟ ਹੈ ਪੀਐਚਪੀ ਲੈਂਗੁਏਜ ਇੰਪੋਰਟੈਂਟ ਹੈ ਪਰਲ ਇੰਪੋਰਟੈਂਟ ਹੈ ਗਿੰਪ ਇੰਪੋਰਟੈਂਟ ਹੈ ਸਟਾਰ ਆਫਿਸ ਇੰਪੋਰਟੈਂਟ ਹੈ ਤੇ ਓਪਨ ਐਂਟੀਵਾਇਰਸ ਇਹ ਸਾਰੇ ਕੀ ਨੇ ਓਪਨ ਸੋਰਸ ਸੌਫਟਵੇਅਰ ਨੇ ਕੁਝ ਓਪਰੇਟਿੰਗ ਸਿਸਟਮ ਜਿਵੇਂ ਲਾਈਨੈਕਸ ਓਪਨ ਸੈਲਰੀ ਓਪਨ ਸੋਲਰੀਜ਼ 1 2 K 1 2 ਡੇਵੀਅਨ ਫਿਡੋਰਾ ਫਰੀਡੋਸ ਤੇ ਐਂਡਰੋਇਡ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਹ ਓਪਨ ਸੋਰਸ ਸੌਫਟਵੇਅਰ ਨੇ ਕੁਝ ਬ੍ਰਾਊਜ਼ਰ ਕਿਉਂਕਿ ਇਹ ਕੰਪਿਊਟਰ ਵਾਲੇ ਪੋਰਸ਼ਨ ਦੇ ਵਿੱਚ ਵੀ ਆਉਣੀਆਂ ਨੇ ਚੀਜ਼ਾਂ ਤੁਸੀਂ ਕਹੋਗੇ ਲਾਇਬ੍ਰੇਰੀ ਦਾ ਇੱਕ ਤਾਂ ਕੁਐਸਚਨ ਆਊਗਾ ਕੋਹਾ ਜੋ ਇੰਨਾ ਡੂੰਘਾ ਜਾਣ ਦੀ ਲੋੜ ਹੈ 10 ਨੰਬਰਾਂ ਦਾ ਪਿੱਛੇ ਕੰਪਿਊਟਰ ਦਾ ਪੋਰਸ਼ਨ ਵੀ ਤਾਂ ਪਿਆ ਉੱਥੇ ਵੀ ਹੈਲਪ ਕਰੂਗਾ ਇਹ ਓਪਨ ਸੋਰਸ ਬ੍ਰਾਊਜ਼ਰ ਕਿਹੜੇ ਨੇ ਗੂਗਲ ਕ੍ਰੋਮ ਮੋਜੀਲਾ ਫਾਇਰਫੌਕਸ ਓਪੇਰਾ క్రోమియం మిడోరి డాల్ఫిన్ వెబ్ కోబ్ జిల్లా తే స్విఫ్ ఫాక్స్ బहोत ज्यादा इंपॉर्टेंट ਨੇ ਨਾ ਜੋ ਕੁेश्चन ਪੁੱਛੇ ਗਏ ਨੇ ਤੇ ਕੁਛ ਆਗੇ ਤੁਹਾਡੇ లైబ్రరీ ਵਾਲਾ ਨੇ సాఫ్ట్‌వేర్ ਜਿਹੜੇ ఓపెన్ సోర్స్ ਨੇ ਕੋਹਾ ఎవర్ గ్రీన్ ఓਪల్స్ ఓపెన్ బిబ్లియో ఇన్వెనియో పిబిఎం న్యూ జర్ਨਲਿਬ కోడ్ హెచ్ఈ లైబ్రేరియన్ ਆਹ సాఫ్ట్‌వేర్ ਬਾਰੇ ਮੈਨੂੰ ਥੋੜਾ ਜਿਹਾ ਡਾਊਟ ਹੈ ਠੀਕ ਹੈ ਕਿ ਬਿਬਲੀਓ ਕਿਉ ਡੀ ਸਪੇਸ ਇਹਦੇ ਬਾਰੇ ਮੈਨੂੰ ਥੋੜਾ ਜਿਹਾ ਡਾਊਟ ਹੈ ਤੁਸੀਂ ਚੈੱਕ ਕਰਕੇ ਮੈਨੂੰ ਦੱਸਿਓ ਤੁਸੀਂ ਤਾਂ ਜ਼ਿਆਦਾ ਡਿਟੇਲ ਚ ਪੜਿਆ ਆਨਲਾਈਨ ਵੈਬਸਾਈਟ ਤਾਂ ਕਹਿੰਦੀਆਂ ਨੇ ਇਹ ਓਪਨ 소ਰਸ ਹੈ ਬਟ ਮੈਨੂੰ ਕੋਡ ਮਿਲਿਆ ਨਹੀਂ ਮੈਨੂੰ ਐ ਸੀ ਮੈਂ ਤਾਂ ਕੋਡ ਡਾਊਨਲੋਡ ਕਰਕੇ ਕੋਡ ਹੀ ਆਪਾਂ ਨੂੰ ਮਿਲ ਜੇ ਤਾਂ ਆਪਾਂ ਕਹਿ ਦਾਂਗੇ ਵੀ ਇਹ ਓਪਨ 소ਰਸ ਹੈ ਤਾਂ ਇਸੇ ਬਾਰੇ ਮੈਨੂੰ ਡਾਊਟ ਹੈ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਇਹ ਵਾਕੀ ਓਪਨ 소ਰਸ ਹੈਗਾ ਕਿ ਨਹੀਂ ਹੈਗਾ ਠੀਕ ਆ ਸੋ ਹੁਣ ਆਪਾਂ ਇੰਨੇ ਪੋਰਸ਼ਨ ਦੇ ਕੁਐਸਚਨ ਦੇਖ ਲੈਨੇ ਆ ਇਨੀਸ਼ੀਅਲੀ ਕੋਹਾ ਰਿਲੀਜ਼ ਇਨ ਵਿਚ ਆਫ ਦੀ ਫਾਲੋਇੰਗ ਇਅਰ ਕਹਿੰਦਾ ਸ਼ੁਰੂ ਦੇ ਵਿੱਚ ਕੋਹਾ ਕਦੋਂ ਰਿਲੀਜ਼ ਹੋਇਆ ਰਿਲੀਜ਼ ਹੋਣ ਦਾ ਮਤਲਬ ਕਿ ਬਾਹਰ ਆਏ ਆਪਣੇ ਕੋਲੇ ਤਾਂ 2000 ਦੇ ਵਿੱਚ ਜੇ 1999 ਹੁੰਦਾ ਤਾਂ 1999 ਮਿਲਾਉਂਦੇ ਆਪਾਂ ਦੋਨੇ ਨਹੀਂ ਆਉਣਗੇ অপਸ਼ਨਾਂ ਦੇ ਵਿੱਚ ਜੇ ਦੋਨੇ ਆ ਜਾਣਗੇ ਫਿਰ ਇਹਨਾਂ ਨੇ ਮਿਲਾ ਦਿਓ ਜੇ ਰਿਲੀਜ਼ ਦੀ ਗੱਲ ਕਰਾਂਗੇ ਰਿਲੀਜ਼ ਤਾਂ 2000 ਦੇ ਵਿੱਚ ਹੀ ਹੋਇਆ ਬਣ 1999 ਚ ਗਿਆ ਸੀ ਠੀਕ ਆ ਤਾਂ ਆਨਸਰ ਹੈਗਾ ਡੀ ਅਗਲਾ ਲਾਇਬ੍ਰੇਰੀ ਸੌਫਟਵੇਅਰ ਕੋਹਾ ਇਜ਼ ਅਵੇਲੇਬਲ ਇਨ ਹਾਊ ਮਨੀ ਲੈਂਗੁਏਜਸ ਕਿੰਨੀਆਂ ਭਾਸ਼ਾਵਾਂਾਂ ਦੇ ਵਿੱਚ ਅਵੇਲੇਬਲ ਹੈ 26 ਭਾਸ਼ਾਵਾਂਾਂ ਦੇ ਵਿੱਚ ਠੀਕ ਆ ਵਿੱਚੋਂ ਦੀ ਫੋਲੋਇੰਗ ਇਜ਼ ਲੇਟੈਸਟ ਵਰਜਨ ਆਫ ਕੋਹਾ ਲੇਟੈਸਟ ਵਰਜਨ ਕਿਹੜਾ ਹੈ 19 ਵੀ ਨਹੀਂ ਹੈ 20 ਵੀ ਨਹੀਂ ਹੈ 21 ਵੀ ਨਹੀਂ ਹੈ 22.05 ਤਾਂ ਡੀ ਆਨਸਰ ਹੈ ਤਾਂ 22.0504 ਪੜਿਆ ਨਾ ਆਪਾਂ ਇਹ ਵੀ ਹੋ ਸਕਦਾ ਹੈ ਤੇ ਇੱਥੇ 22.005 ਲਿਖਿਆ ਹੋਵੇ ਤਾਂ ਫਿਰ 04 ਇਹ ਯਾਦ ਰੱਖਣਾ 4 5 ਹੈ ਨਾ ਕਿ 5 5 ਹੈ ਕਲੀਅਰ ਹੋਈ ਗੱਲ ਤਾਂ ਡੀ ਆਨਸਰ ਹੈ ਅਗਲਾ ਵਿੱਚ ਵਨ ਆਫ ਦੀ ਫੋਲੋਇੰਗ ਇਜ਼ ਨਾਟ ਓਪਨ ਸੋਰਸ ਡੀ ਸਪੇਸ ਵੀ ਓਪਨ ਸੋਰਸ ਹੈ ਪੜ ਲਿਆ ਤੁਸੀਂ ਗ੍ਰੀਨ ਸਟੋਨ ਵੀ ਤੁਹਾਡੇ ਵਾਲਾ ਓਪਨ ਸੋਰਸ ਹੈ ਲਾਈਨਕਸ ਵੀ ਓਪਨ ਸੋਰਸ ਹੈ ਤੇ ਵਿੰਡੋਜ਼ ਵਿੰਡੋਜ਼ ਓਪਨ ਸੋਰਸ ਨਹੀਂ ਹੈ ਮੈਕ ਐਮ ਐਸ ਡੋਸ ਵੀ ਨਹੀਂ ਹੈ ਮਾਈਕਰੋਸਾਫਟ ਦਾ ਕੋਈ ਵੀ ਪ੍ਰੋਡਕਟ ਓਪਨ ਸੋਰਸ ਨਹੀਂ ਹੈ ਕਲੀਅਰ ਹੁਣ ਆਪਾਂ ਫੀਚਰਸ ਦੀ ਗੱਲ ਕਰੀਏ ਕੋਹਾ ਦੇ ਵਿੱਚ ਕਿਹੜੇ ਕਿਹੜੇ ਫੀਚਰਸ ਨੇ ਯੂਨੀਅਨ ਕੈਟੈਲੋਗਿੰਗ ਫੈਸਿਲਿਟੀ ਪ੍ਰੋਵਾਈਡ ਕਰਦਾ ਹੈ ਇੱਕ ਮੇਨ ਲਾਇਬ੍ਰੇਰੀ ਹੈ ਉਹਦਾ ਇੱਕ ਪੋਰਸ਼ਨ ਜਾ ਕੇ ਤੁਹਾਡੇ ਡਿਪਾਰਟਮੈਂਟ ਦੇ ਵਿੱਚ ਇੰਸਟਾਲ ਹੋ ਜਾਊਗਾ ਬਾਕੀ ਸਾਰੇ ਯੂਨੀਵਰਸਿਟੀ ਦੇ ਵਿੱਚ ਜਿੰਨੇ ਵੀ ਸੌਫਟਵੇਅਰ ਹੈ ਇਹਦੇ ਛੋਟੇ ਛੋਟੇ ਇੰਟਰਫੇਸ ਤੁਹਾਡੇ ਡਿਪਾਰਟਮੈਂਟ ਦੇ ਵਿੱਚ ਇੰਸਟਾਲ ਹੋ ਜਾਣਗੇ ਇਥੋਂ ਹੀ ਤੁਸੀਂ ਕੈਟਲੋਗਿੰਗ ਕਰ ਸਕਦੇ ਹੋ ਯੂਨੀਅਨ ਮੇਨ ਕੈਟਲੋਗਿੰਗ ਇੱਥੇ ਹੋਊਗੀ ਇੱਥੋਂ ਐਡ ਕਰ ਸਕਦੇ ਹੋ ਕੋਈ ਚੇਂजेस ਕਰਨੇ ਆ ਉਹ ਕਰ ਸਕਦੇ ਹੋ ਸਰਚ ਕਰ ਸਕਦੇ ਹੋ ਤਾਂ ਯੂਨੀਅਨ ਕੈਟਲੋਗਿੰਗ ਦਾ ਫੀਚਰ ਸਪੋਰਟ ਕਰਦਾ ਹੈ ਕਸਟਮਾਈਜ਼ੇਬਲ ਸਰਚ ਤੁਸੀਂ ਸਰਚ ਨੂੰ ਆਪਣੇ ਹਿਸਾਬ ਦੇ ਨਾਲ ਕਸਟਮਾਈਜ਼ ਕਰ ਸਕਦੇ ਹੋ ਤੁਸੀਂ ਚਾਹੋ ਨਿਓ ਵੀ ਸਰਚ ਇਸ ਤਰੀਕੇ ਨਾਲ ਹੋਵੇ ਤਾਂ ਕਸਟਮਾਈਜ਼ੇਬਲ ਕਰ ਸਕਦੇ ਹੋ ਆਨਲਾਈਨ ਸਰਕੂਲੇਸ਼ਨ ਤੁਸੀਂ ਆਨਲਾਈਨ ਵੀ ਦੇ ਸਕਦੇ ਹੋ ਮਟੀਰੀਅਲ ਲੋਕਾਂ ਨੂੰ ਪੀਡੀਐਫ ਵਗੈਰਾ ਪ੍ਰੋਵਾਈਡ ਕਰਾਉਣੀਆਂ ਨੇ ਹੈਨਾ ਤੇ ਜਗ ਤੁਸੀਂ ਇਹ ਐਡ ਦੇਣੀ ਆ ਵੀ ਇੰਨੀਆਂ ਕਿਤਾਬਾਂ ਸਾਡੇ ਕੋਲੇ ਆ ਗਈਆਂ ਉਹ ਸਾਰਾ ਕੰਮ ਆਨਲਾਈਨ ਕਰ ਸਕਦੇ ਹੋ 바ਰ ਕੋਡ ਪ੍ਰਿੰਟਿੰਗ ਤੁਸੀਂ ਕਿਤਾਬਾਂ ਲਿਆਂਦੀਆਂ ਨਵਾਂ ਸਟਾਕ ਲਿਆਂਦਾ 20000 ਕਿਤਾਬ ਲਿਆਂਦੀ ਹੁਣ ਉਹਦੇ ਤੇ 바ਰ ਕੋਡ ਤੁਸੀਂ ਆਪਦੇ ਹਿਸਾਬ ਨਾਲ ਪ੍ਰਿੰਟ ਕਰਨਾ ਹੈ ਤਾਂ ਉਹ ਸੌਫਟਵੇਅਰ ਦੇ ਵਿੱਚ ਸਾਰੀ ਫੈਸਿਲਿਟੀ ਹੁੰਦੀ ਹੈ ਤੁਸੀਂ 바ਰ ਕੋਡ ਨੂੰ ਪ੍ਰਿੰਟ ਕਰ ਸਕਦੇ ਹੋ ਪੈਟਰਨ ਕਾਰਡ ਕ੍ਰੀਏਸ਼ਨ ਤਾਂ ਜਿਹੜੇ ਬੰਦੇ ਹੁੰਦੇ ਨੇ ਯੂਜ਼ਰ ਹੁੰਦੇ ਨੇ ਉਹਨਾਂ ਦੇ ਕਾਰਡ ਕ੍ਰੀਏਟ ਕਰਨ ਦੀ ਫੈਸਿਲਿਟੀ ਵੀ ਕੋਹਾ ਪ੍ਰੋਵਾਈਡ ਕਰਦਾ ਰੀਪੋਰਟ ਜਨਰੇਸ਼ਨ ਰਿਪੋਰਟ ਦੇ ਵਿੱਚ ਇੱਕ ਯੂਜ਼ਰ ਹੈ ਇੱਕ ਸਾਲ ਦੀ ਉਹਦੀ ਰਿਪੋਰਟ ਜਨਰੇਟ ਕਰਨੀ ਹੈ ਇਹਨੋ ਲਈ ਵੀ ਕਿੰਨੀਆਂ ਕਿਤਾਬਾਂ ਉਹਨੇ ਇਸ਼ੂ ਕਰਾਈਆਂ ਕਿੰਨਾ ਸਮਾਂ ਉਹ ਲਾਇਬ੍ਰੇਰੀ ਦੇ ਵਿੱਚ ਬੈਠਾ ਉਹ ਬਾਰ ਕੋਡਿੰਗ ਉਸਕੈਨਿੰਗ ਟੈਕਨੋਲੋਜੀ ਦੇ ਨਾਲ ਆਪਾਂ ਜੇ ਥੰਬਨੇਲ ਦਾ ਐਂਟਰੀ ਰੱਖ ਦਈਏ ਤਾਂ ਉੱਥੇ ਇਹ ਵੀ ਚੈੱਕ ਹੋ ਜਾਊਗਾ ਵੀ ਇਹ ਬੰਦਾ ਕਿੰਨਾ ਟਾਈਮ ਲਾਇਬ੍ਰੇਰੀ ਚ ਰਿਹਾ ਉਹ ਸਾਰੀ ਰਿਪੋਰਟ ਜਨਰੇਟ ਹੋ ਜਾਂਦੀ ਹੈ ਜਿਹੜੀਆਂ ਵੱਡੀਆਂ ਲਾਇਬ੍ਰੇਰੀਜ਼ ਨੇ ਉੱਥੇ ਇਹ ਚੀਜ਼ਾਂ ਹੁੰਦੀਆਂ ਨੇ ਸਾਰੀਆਂ ਪੈਟਰਨ 셀ਫ ਰਜਿਸਟ੍ਰੇਸ਼ਨ ਫ੍ਰੋਮ ਫਾਰਮ ਥਰੂ ਉਪੈਕ ਕਹਿੰਦਾ ਜਿਹੜਾ ਪੈਟਰਨ ਉਹ ਆਨਲਾਈਨ ਆਪਣੀ ਆਪ ਵੀ ਰਜਿਸਟ੍ਰੇਸ਼ਨ ਕਰ ਸਕਦਾ ਹੈ ਉਹ ਪੈਕ ਦੇ ਥਰੂ ਠੀਕ ਹੈ ਇਹ ਇਹਦਾ ਫੀਚਰ ਹੈ ਸਕਰੀਨਸ਼ਾਟ ਲੈ ਸਕਦੇ ਹੋ ਠੀਕ ਹੈ ਸਕਰੀਨਸ਼ਾਟ ਲੈ ਲਓ ਇੰਪੋਰਟੈਂਟ ਹੈ ਵੈਸੇ ਤੁਸੀਂ ਪੜੇ ਹੀ ਹੋਣਗੇ ਅੱਗੇ ਆ ਗਿਆ ਜੀ ਕੈਟਾਲੋਗਿੰਗ ਡਾਟਾ ਸਟੋਰਡ ਇਨ ਮਾਰਸ ਜੇ ਆਪਾਂ ਗੱਲ ਕਰੀਏ ਕੋਹਾ ਦਾ ਕੋਹਾ ਦਾ ਕੈਟਾਲੋਗਿੰਗ ਡਾਟਾ ਜਿਹੜਾ ਉਹ ਮਾਰਸ ਦੇ ਵਿੱਚ ਸਟੋਰ ਹੁੰਦਾ ਹੈ ਤੇ ਪ੍ਰੋਟੋਕੋਲ ਕਿਹੜੀਆਂ-ਕਿਹੜੀਆਂ ਵਰਤੀਆਂ ਜਾਂਦੀਆਂ ਨੇ ਦੋ ਪ੍ਰੋਟੋਕੋਲ ਵਰਤੀਆਂ ਜਾਂਦੀਆਂ ਨੇ Z39.50 ਤੇ SRU ਬਹੁਤ ਜਿਆਦਾ ਇੰਪੋਰਟੈਂਟ ਹੈ ਇਹ ਦੋਨੋਂ ਕੁਛ ਨਹੀਂ ਪੁੱਛੇ ਜਾ ਸਕਦੇ ਐ ਕਿ ਕੈਟੈਲੋਗਿੰਗ ਡਾਟਾ ਨੂੰ ਸਟੋਰ ਕਰਨ ਦੇ ਲਈ ਕਿਹੜਾ ਸੌਫਟਵੇਅਰ ਵਰਤਿਆ ਜਾਂਦਾ ਜਾਂ ਇੱਕ ਪਲੇਟਫਾਰਮ ਹੈਗਾ ਮਾਰਸ ਹੈ ਦੋ ਪ੍ਰੋਟੋਕੋਲ ਵਰਤੀਆਂ ਜਾਂਦੀਆਂ ਨੇ Z39 ਤੇ SRU ਆਪਾਂ ਦੇਖਦੇ ਹਾਂ 1 ਬਾਈ 1 ਮਾਰਸ ਮਾਰਸ ਕੀ ਹੈ ਮਸ਼ੀਨ ਰੀਡੇਬਲ ਕੈਟੈਲੋਗਿੰਗ ਹੁਣ ਅਸੀਂ ਕਹਿ ਤਾਂ ਦਿੱਤਾ ਵੀ ਕੈਟੈਲੋਗਿੰਗ ਕਰਾਂਗੇ ਆਪਾਂ ਹੈ ਨਾ ਵੀ ਪੂਰੇ ਮਟੀਰੀਅਲ ਦੀ ਆਪਾਂ ਕੈਟਾਲੋਗਿੰਗ ਕਰਾਂਗੇ ਪਰ ਅਸਲ ਦੇ ਵਿੱਚ ਕੈਟਾਲੋਗ ਹੋਗੀ ਹੋਣੀ ਕਿਵੇਂ ਹੈ ਕੀ ਉਹਦਾ ਫਾਰਮੈਟ ਰੱਖਣਾ ਆਥਰ ਦੇ 2-3 ਨਾਮ ਹੋ ਸਕਦੇ ਨੇ ਫਰਸਟ ਨੇਮ ਲਾਸਟ ਨੇਮ ਮਡਲ ਨੇਮ ਕਿਹਦੇ ਬੇਸਿਸ ਤੇ ਹੋਵੇ ਕਿਵੇਂ ਉਹਦੀ ਬਿਬਲయోగ్రਫਿਕ ਬਣੇ ਕਿਵੇਂ ਉਹਦੇ ਰੈਫਰੈਂਸ ਬਣਨ ਕੀ ਉਹਦੇ ਪਿੰਡ ਦਾ ਨਾਮ ਪਾਈਏ ਸ਼ਹਿਰ ਦਾ ਨਾਮ ਪਾਈਏ ਜ਼ਿਲ੍ਹੇ ਦਾ ਪਾਈਏ ਕੀ ਚੀਜ਼ ਰੱਖੀਏ ਤੇ ਸਾਰੀਆਂ ਕਿਤਾਬਾਂ ਦਾ ਫਾਰਮੈਟ ਯੂਨੀਫਾਰਮ ਹੋਵੇ ਇਨ ਹੋਵੇ ਕੋਈ ਕਿਤਾਬ ਕਿਵੇਂ ਕੋਈ ਕਿਵੇਂ ਕੋਈ ਕਿਵੇਂ ਜਿਵੇਂ ਆਪਾਂ ਰਿਸਰਚ ਦੇ ਵਿੱਚ ਰੈਫਰੈਂਸ ਨਹੀਂ ਯੂਜ਼ ਕਰਦੇ ਏਪੀਏ ਫਾਰਮੈਟ ਯੂਜ਼ ਕਰਦੇ ਆ ਬਹੁਤ ਸਾਰੇ ਨੇ ਹਨਾ ਆਈਟ੍ਰਿਪਲੀ ਸਟੈਂਡਰਡ ਦਾ ਆਪਾਂ ਫਾਰਮੈਟ ਯੂਜ਼ ਕਰਦੇ ਆ ਇਹ ਸਾਰੇ ਕੀ ਹੁੰਦੇ ਨੇ ਰੈਫਰੈਂਸ ਪ੍ਰੋਵਾਈਡ ਕਰਾਉਂਦੇ ਨੇ ਰੈਫਰੈਂਸ ਦੇ ਸਟਾਈਲ ਹੁੰਦੇ ਨੇ ਉਮੇ ਹੀ ਮਾਰਸ ਹੈਗਾ ਮਸ਼ੀਨ ਰੀਡੇਬਲ ਕੈਟਾਲੋਗਿੰਗ ਹੈ ਕਿ ਮਸ਼ੀਨ ਰੀਡ ਕਰੇ ਉਹ 바ਰ ਕੋਡ ਸਕੈਨ ਕਰੇ ਤੇ ਉਥੋਂ ਮਸ਼ੀਨ ਉਹ ਕੈਟਾਲੋਗ ਨੂੰ ਰੀਡ ਕਰੇ ਠੀਕ ਆ ਤਾਂ ਇਹ ਡਿਵੈਲਪਡ ਬਾਈ ਅਮਰੀਕਾ ਯੂਐਸ ਨੇ ਡਿਵੈਲਪ ਕੀਤਾ ਸੀ ਇਹ ਬੰਦੇ ਦਾ ਨਾਮ ਸੀ ਹੈਨਰੀ ਰੈਡੀ ਨਹੀਂ ਸਰੀ ਹ ਹੈਨਰੀ ਹੈਨਰੀ ਰਿਟੀ ਹੈਨਰੀ ਰਿਟੀ ਅਬਰਾਮ ਚਲ ਕੁਝ ਵੀ ਹੈਨਰੀ ਅਬਰਾਮ ਕਹਿ ਲੋ ਹੈਨਰੀ ਰਿਟੀ ਅਬਰਾਮ ਠੀਕ ਹੈ ਇਸ ਨੇ ਡਿਵੈਲਪ ਕੀਤਾ ਸੀ ਇਹ ਤੇ 1960 ਦੇ ਵਿੱਚ ਇਹ ਵੀ ਯਾਦ ਰੱਖਣਾ ਹੈ ਤੇ ਇਹਦਾ ਪ੍ਰੀ ਡੋਮੀਨੈਂਟ ਵਰਜ਼ਨ ਅੱਜ ਕੱਲ ਜਿਹੜਾ ਚੱਲ ਰਿਹਾ ਮਾਰਸ 21 ਚੱਲ ਰਿਹਾ ਹੈ 1999 ਜੇ ਬਣਿਆ ਸੀ ਇਹ ਠੀਕ ਆ ਤੇ ਮਾਰਸ ਫਾਰਮੈਟ ਆਰ mars formats are standard for the representation and communication of bibliographical bibliography bibliographic related information in machine readable form to oh wala jehda asi jime aap gall kiti sigi ki, research paper de reference di o di bibliography hai jehdi machine nu samajh aave us form de vich mars sanu provide karaunda chizza it is a set of digital formats for description of items catalog logged by libraries such as books dvd digital resources ਇਹਦੇ ਦੁਆਰਾ ਇਹ dvd digital resources ਦੀ ਸਾਰਿਆਂ ਦੀ ਕੈਟਾਲੋਗਿੰਗ ਪ੍ਰੋਵਾਈਡ ਕਰਾਉਂਦਾ ਤੇ ਕੰਪਿਊਟਰਾਈਜ਼ਡ ਲਾਇਬ੍ਰੇਰੀ ਕੈਟਾਲੌਗਸ ਐਂਡ ਲਾਇਬ੍ਰੇਰੀ ਮੈਨੇਜਮੈਂਟ ਸੌਫਟਵੇਅਰ ਨੀਡ ਟੂ ਸਟਰਕਚਰ देयर ਕੈਟਾਲੌਗ ਰਿਕਾਰਡਸ ਫॉर ਇੰਡਸਟਰੀ ਉਹੀ ਚੀਜ਼ਾਂ ਨੇ ਵੀ ਕੰਪਿਊਟਰ ਜਿਹੜਾ ਸੌਫਟਵੇਅਰ ਹੈ ਉਹਦੀ ਇਹ ਹੈਲਪ ਕਰਦਾ ਜਿਵੇਂ ਕੋਹਾ ਦੀ ਇਹ ਹੈਲਪ ਕਰੂਗਾ ਠੀਕ ਹੈ ਸਕਰੀਨਸ਼ਾਟ ਲੈਣਾ ਲੈ ਸਕਦੇ ਹੋ ਕੁਝ ਹੋਰ ਸਟੈਂਡਰਡ ਵੀ ਨੇ ਜਿਹਦੇ ਦੇ ਨਾਲ ਐਜ਼ ਏ ਕਨਜੰਕਸ਼ਨ ਕੰਮ ਕਰਦੇ ਨੇ ਜਿਵੇਂ ਐਂਗਲੋ ਅਮਰੀਕਨ ਕੈਟਲੋਗਿੰਗ ਰੂਲਸ ਇਹ ਉਹਨਾਂ ਦਾ ਆਪਦਾ ਬਣਾਇਆ ਹੋਇਆ ਹੈ ਤੇ ਇੱਕ ਹੈਗਾ ਰਿਸੋਰਸ ਡਿਸਕ੍ਰਿਪਸ਼ਨ ਐਂਡ ਐਕਸੈਸ ਇਹਨਾਂ ਦੋਨਾਂ ਦੀ ਐਬ੍ਰੀਵੀਏਸ਼ਨ ਯਾਦ ਰੱਖਣੀ ਹੈ ਆਪਾਂ ਇੱਕ ਮਾਰਸ ਦੇ ਨਾਲ ਵਿੱਧ ਕਨਜੰਕਸ਼ਨ ਦੇ ਕੰਮ ਕਰਦੇ ਨੇ ਮਾਰਸ ਇਹਨਾਂ ਦੀ ਹੈਲਪ ਲੈਣਾ ਐਂਗਲੋ ਅਮਰੀਕਨ ਕੈਟਲੋਗਿੰਗ ਰੂਲਸ ਤੇ ਰਿਸੋਰਸ ਡਿਸਕ੍ਰਿਪਸ਼ਨ ਐਂਡ ਐਕਸੈਸ ਪ੍ਰੋਵਾਈਡਸ ਗਾਈਡਲਾਈਨ ਔਨ ਫਾਰਮੈਟਿੰਗ ਸੌਰੀ ਫਾਰਮੂਲੇਟਿੰਗ ਬਿਬਲੀਓਗ੍ਰਾਫਿਕ ਡਾਟਾ ਔਨ ਦੀ ਮਾਰਸ ਰਿਕਾਰਡ ਸਟਰਕਚਰ ਤਾਂ ਇਹ ਕੀ ਕਰਦੇ ਨੇ ਗਾਈਡਲਾਈਨ ਦਿੰਦੇ ਨੇ ਇੱਕ ਆਪਣੇ ਕੋਲੇ ਹੁੰਦਾ ਹੈ ਆਈ ਐਸ ਬੀ ਡੀ ਇੰਟਰਨੈਸ਼ਨਲ ਸਟੈਂਡਰਡ ਬਿਬਲੀਓਗ੍ਰਾਫਿਕ ਡਿਸਕ੍ਰਿਪਸ਼ਨ ਪ੍ਰੋਵਾਈਡਸ ਗਾਈਡਲਾਈਨ ਫਾਰ ਡਿਸਪਲੇਇੰਗ ਮਾਰਸ ਰਿਕਾਰਡ ਇਨ ਅ ਸਟੈਂਡਰਡ ਹਿਊਮਨ ਰੀਡੇਬਲ ਫਾਰਮ ਇੱਥੇ ਤਾਂ ਆਪਾਂ ਗੱਲ ਕਰਦੇ ਸੀ ਮਸ਼ੀਨ ਰੀਡੇਬਲ ਫਾਰਮ ਤੇ ਜਿਹੜਾ ਆਈ ਐਸ ਬੀ ਡੀ ਹੈ ਇਹ ਉਹਦਾ ਜਿਹੜਾ ਕੈਟਲੌਗ ਆ ਉਹਨੂੰ ਇਹ ਹਿਮਨ ਰੀਡੇਬਲ ਫਾਰਮ ਚ ਪ੍ਰੋਵਾਈਡ ਕਰਾਉਂਦਾ ਹੈ ਵੀ ਮਾਰਸ ਦੇ ਵਿੱਚ ਵਰਤਿਆ ਜਾਂਦਾ ਠੀਕ ਆ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਪ੍ਰੋਟੋਕੋਲਸ ਦੀ ਜੈਡ 39.50 ਇਹ 1970 ਦੇ ਵਿੱਚ ਸਟਾਰਟ ਹੋਈ ਤੇ ਡਿਵੈਲਪ ਕੀਤੀ ਸੀ ਲਾਇਬ੍ਰੇਰੀ ਆਫ ਕਾਂਗਰੈਸ ਨੇ ਲਾਇਬ੍ਰੇਰੀ ਆਫ ਕਾਂਗਰੈਸ ਤੁਹਾਨੂੰ ਪਤਾ ਯੂਐਸ ਦੇ ਵਿੱਚ ਹੈ ਦੁਨੀਆ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਹੈ ਹਨਾ ਦੇਖ ਲੈਨੇ ਆਪਾਂ ਉਹ ਵੀ ਤੇ ਇਹ ਜਿਹੜੀ ਪ੍ਰੋਟੋਕੋਲ ਹੈ ਜੈਡ 39.50 ਇਹ ਐਪਲੀਕੇਸ਼ਨ ਲੇਅਰ ਤੇ ਕੰਮ ਕਰਦੀ ਆ ਆਪਾਂ ਨੂੰ ਪਤਾ ਹੈ ਕੰਪਿਊਟਰ ਦੇ ਵਿੱਚ 7 ਲੇਅਰਸ ਨੇ OSI ਮਾਡਲ ਦੀਆਂ ਪਹਿਲੀ ਐਪਲੀਕੇਸ਼ਨ 7ਵੀਂ 6ਵੀਂ ਇੱਥੋਂ ਚੱਲਦੇ ਆਂ ਪਹਿਲੀ ਪਹਿਲੀ ਹੈ ਫਿਜ਼ੀਕਲ ਲੇਅਰ ਦੂਸਰੀ ਹੈ ਡਾਟਾ ਲਿੰਕ ਲੇਅਰ ਤੀਸਰੀ ਹੈਗੀ ਨੈਟਵਰਕ ਚੌਥੀ ਹੈਗੀ ਟ੍ਰਾਂਸਪੋਰਟ 5ਵੀਂ ਹੈਗੀ ਸੈਸ਼ਨ 6ਵੀਂ ਹੈਗੀ ਪ੍ਰੈਜੈਂਟੇਸ਼ਨ ਤੇ 7ਵੀਂ ਹੈਗੀ ਫਿਜ਼ੀਕਲ ਮੈਨੂੰ ਨਾ ਆ ਦੋਨਾਂ 'ਚ ਦਿੱਕਤ ਹੈ ਦਿੱਕਤ ਨਹੀਂ ਹੈ ਮਤਲਬ ਕਨਫਿਊਜ਼ਨ ਹੈ ਵੀ ਹੋ ਸਕਦਾ ਇਹਨਾਂ 'ਚ 6ਵੀਂ ਆ ਹੈ ਕਿ 5ਵੀਂ ਆ ਹੈ ਤੁਸੀਂ ਚੈੱਕ ਕਰਕੇ ਕਮੈਂਟ ਕਰਕੇ ਦੱਸਿਓ ਮੈਨੂੰ OSI ਦੀਆਂ ਲੇਅਰਸ ਨੇ OSI ਮਾਡਲ ਤੇ ਇੱਕ TCP ਮਾਡਲ ਕੰਪਿਊਟਰ ਦੇ ਵਿੱਚ ਦੋ ਮਾਡਲ ਹੁੰਦੇ ਨੇ TCP IP ਤੇ OSI OSI ਹੁੰਦਾ ਓਪਨ ਸਿਸਟਮ ਇੰਟਰਕਨੈਕਸ਼ਨ TCP ਹੁੰਦਾ ਟ੍ਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ ਤੇ IP ਹੁੰਦਾ ਇੰਟਰਨੈਟ ਪ੍ਰੋਟੋਕੋਲ ਤਾਂ ਇਹ ਸੱਤ ਲੇਅਰ ਨੇ ਤਾਂ ਜਿਹੜਾ ਇਹ ਐਪਲੀਕੇਸ਼ਨ ਲੇਅਰ ਤੇ ਕੰਮ ਕਰਦਾ ਸੱਤਵੀਂ ਲੇਅਰ ਤੇ ਕੰਮ ਕਰਦਾ ਇਹ Z39.50 ਜਿਹੜੀ ਪ੍ਰੋਟੋਕੋਲ ਹੈ ਬਹੁਤ ਇੰਪੋਰਟੈਂਟ ਹੈ ਯਾਦ ਰੱਖਣਾ ਪਾ ਠੀਕ ਆ ਤੇ ਰਜਿਸਟਰਡ ਪੋਰਟ ਹੈ ਦਾ 210 ਪੋਰਟ ਨੰਬਰ ਕੀ ਹੁੰਦੇ ਨੇ ਕਿਸੇ ਵੀ ਪ੍ਰੋਟੋਕੋਲ ਨੂੰ ਜਾਂ ਪੋਰਟ ਨੰਬਰ ਯੂਨਿਕਲੀ ਆਈਡੈਂਟੀਫਾਈ ਦੀ ਡਿਫਰੈਂਟ ਟਾਈਪਸ ਆਫ ਦੀ ਸਰਵਿਸ ਰਨਿੰਗ ਇਨਸਾਈਡ ਅ ਕੰਪਿਊਟਰ ਜੇ ਇੱਕ ਕੰਪਿਊਟਰ ਨੂੰ ਜਾਂ ਇੱਕ ਇੰਟਰਨੈਟ ਕਨੈਕਸ਼ਨ ਨੂੰ ਪੂਰੀ ਦੁਨੀਆ ਤੇ ਆਈਡੈਂਟੀਫਾਈ ਕਰਨਾ ਹੈ ਉਹਦੇ ਲਈ ਤਾਂ ਆਈਪੀ ਐਡਰੈਸ ਵਰਤਦੇ ਆਪਾਂ ਜੇ ਇੱਕ ਡਿਵਾਈਸ ਨੂੰ ਚਾਹੇ ਉਹ ਮੋਬਾਈਲ ਫੋਨ ਹੈ ਚਾਹੇ ਸਵਿਚ ਹੈ ਚਾਹੇ ਹੱਬ ਹੈ ਚਾਹੇ ਰਾਊਟਰ ਹੈ ਉਹਨੂੰ ਪੂਰੀ ਦੁਨੀਆ ਤੇ ਯੂਨੀਕਲੀ ਆਈਡੈਂਟੀਫਾਈ ਕਰਨਾ ਹੈ ਉਹਦੇ ਲਈ ਮੈਕ ਐਡਰੈਸ ਹੁੰਦਾ ਜਾਂ ਫਿਜ਼ੀਕਲ ਐਡਰੈਸ ਮੋਬਾਈਲ ਦੇ ਲਈ ਆਈਐਮਆਈ ਨੰਬਰ ਹੁੰਦਾ ਤੇ ਜੇ ਬਹੁਤ ਸਾਰੀਆਂ ਸਰਵਿਸਿਜ਼ ਚੱਲ ਰਹੀਆਂ ਨੇ ਕੰਪਿਊਟਰ ਦੇ ਵਿੱਚ ਜਿਵੇਂ ਫੇਸਬੁੱਕ ਜਾ ਹੂ ਇੰਸਟਾਗ੍ਰam ਇਹ ਸਰਵਿਸਿਜ਼ ਨੂੰ ਆਇਡੈਂਟੀਫਾਈ ਕਰਨਾ ਤਾਂ ਉਹਦੇ ਲਈ ਪੋਰਟ ਨੰਬਰ ਹੁੰਦਾ ਤਾਂ ਇਹਦਾ ਪੋਰਟ ਨੰਬਰ ਹੈਗਾ ਹੈਗਾ ਜੈਡ 49.50 ਦਾ 210 ਤੇ ਐਸ ਐਮ ਟੀ ਪੀ ਦਾ ਯਾਦ ਰੱਖ ਲਿਓ ਇੱਕ ਐਸ ਐਮ ਟੀ ਪੀ ਦਾ ਪੋਰਟ ਨੰਬਰ ਹੈਗਾ 25 ਡੀ ਐਨ ਐਸ ਦਾ ਹੈਗਾ 53 ਤੇ ਐਚ ਟੀ ਟੀ ਪੀ ਇਹ ਬਹੁਤ ਇੰਪੋਰਟੈਂਟ ਹੈ ਪੁੱਛਿਆ ਜਾ ਸਕਦਾ ਹੈ ਐਚ ਟੀ ਟੀ ਪੀ ਦਾ 80 ਤੇ ਐਚ ਟੀ ਟੀ ਪੀ ਐਸ ਹੁੰਦੀ ਹੈ ਇੱਕ ਉਹਦਾ ਹੁੰਦਾ 443 ਇਹ ਯਾਦ ਰੱਖ ਲਿਓ ਪੋਰਟ ਨੰਬਰ ਹੁੰਦੇ ਨੇ ਕਮਰਾ ਨੰਬਰ ਹੁੰਦੇ ਨੇ ਇਹ ਕਹਿ ਲੋ ਵੀ ਯੂਨੀਕਲੀ ਆਈਡੈਂਟੀਫਾਈ ਕਰਦਾ ਕਿਹੜੇ ਬੰਦੇ ਕਿਹੜੇ ਕਮਰੇ 'ਚ ਕਿਹੜਾ ਬੰਦਾ ਰਹਿ ਰਿਹਾ ਠੀਕ ਆ ਟ ਕਵਰਡ ਬਾਈ ਐਨਐਸਆਈ ਐਂਡ ਨੀਸੋ ਸਟੈਂਡਰਡ ਐਂਡ ਆਈਐਸਓ ਸਟੈਂਡਰਡ 23950 ਇੰਟਰਨੈਸ਼ਨਲ ਸਟੈਂਡਰਡ ਆਰਗੇਨਾਈਜੇਸ਼ਨ ਅਮਰੀਕਨ ਨੈਸ਼ਨਲ ਸਟੈਂਡਰਡ ਇੰਸਟੀਚਿਊਟ ਐਮੇਜ ਕਰਕੇ ਦੋ ਸਟੈਂਡਰਡ ਨੇ ਠੀਕ ਹੈ ਜੈਡ 39 ਇਜ਼ ਅ ਕਮਿਊਨੀਕੇਸ਼ਨ ਪ੍ਰੋਟੋਕੋਲ ਫਾਰ ਸਰਚਿੰਗ ਐਂਡ ਰਿਟਰੀਵਿੰਗ ਇਨਫੋਰਮੇਸ਼ਨ ਫ੍ਰੋਮ ਡਾਟਾਬੇਸ ਓਵਰ ਟੀਸੀਪੀਆਈਪੀ ਕੰਪਿਊਟਰ ਬਹੁਤ ਇੰਪੋਰਟ ਵੀ ਇਹਦਾ ਮੇਨ ਕੰਮ ਕੀ ਹੈ ਜੈਡ 39 ਪ੍ਰੋਟੋਕੋਲ ਹੈ ਜਿਹੜੀ ਸਰਚਿੰਗ ਐਂਡ ਰਿਟਰੀਵਿੰਗ ਇਨਫੋਰਮੇਸ਼ਨ ਫਰੋਮ ਅ ਡਾਟਾਬੇਸ ਡਾਟਾਬੇਸ ਦੇ ਵਿੱਚੋਂ ਸਰਚ ਕਰ ਸਕਦੇ ਆ ਕੋਹਾ ਕਿਹੜੀ ਪ੍ਰੋਟੋਕੋਲ ਵਰਤਦਾ ਹੈ ਜੈਡ 39.50 ਯਾਦ ਰੱਖਣਾ ਹੈ ਤਾਂ ਇਹ ਥੋੜਾ ਹੈਗਾ ਜੀ ਲਾਇਬ੍ਰੇਰੀ ਆਫ ਕਾਂਗਰਸ ਯੂ ਐਸ ਦੀ ਲਾਇਬ੍ਰੇਰੀ ਹੈ ਇਹ ਵਾਸ਼ਿੰਗਟਨ ਡੀਸੀ ਦੇ ਵਿੱਚ ਹੈ ਲਾਰਜੈਸਟ ਲਾਇਬ੍ਰੇਰੀ ਹੈ ਦੁਨੀਆ ਦੀ ਤੇ 1800 ਦੇ ਵਿੱਚ ਬਣੀ ਹੈ ਇਹ ਠੀਕ ਹੈ ਇਹਦੀ ਬਾਹਰੋਂ ਲੋਕੇਸ਼ਨ ਆ ਤੇ ANSI ਸਟੈਂਡਰਡ ਥੋੜਾ ਜਿਹਾ ਪੜ ਲੈਂਦੇ ਆ ਐਬ੍ਰੀਵੀਏਸ਼ਨ ਪੁੱਛ ਸਕਦਾ ਹੈ ਅਮਰੀਕਨ ਨੈਸ਼ਨਲ ਸਟੈਂਡਰਡ ਇੰਸਟੀਚਿਊਟ ਹੈੱਡਕਵਾਰਟਰ ਵਾਸ਼ਿੰਗਟਨ ਡੀਸੀ ਦੇ ਵਿੱਚ ਹੈ 1918 ਚ ਬਣਿਆ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਹੈ ਇਹਦਾ ਮੇਨ ਕੰਮ ਕੀ ਹੈ ਓਵਰਸਾਈਜ਼ ਦੀ ਡਿਵੈਲਪਮੈਂਟ ਆਫ ਵੌਲੰਟਰੀ ਕੰਸੈਂਸਸ ਸਟੈਂਡਰਡ ਫਾਰ ਪ੍ਰੋਡਕਟਸ ਸਰਵਿਸਿਜ਼ ਪ੍ਰੋਸੈਸਸਿਸ ਸਿਸਟਮ ਐਂਡ ਪਰਸਨਲਸ ਇਨ ਯੂਨਾਈਟਿਡ ਸਟੇਟ ਕਹਿੰਦਾ ਇਹ ਇਹਨਾਂ ਚੀਜ਼ਾਂ ਨੂੰ ਵੈਰੀਫਾਈ ਕਰਦਾ ਹੈ ਸਟੈਂਡਰਡ ਜਿਹੜਾ ਹੈਗਾ ਠੀਕ ਆ ਤੇ ਦੂਜਾ ਨੀਸੋ ਹੈ ਨੈਸ਼ਨਲ ਇਨਫੋਰਮੇਸ਼ਨ ਸਟੈਂਡਰਡ ਆਰਗੇਨਾਈਜੇਸ਼ਨ ਇਹ ਤੁਹਾਡੇ ਲਾਇਬ੍ਰੇਰੀ ਬਣਾ ਵਾਸਤੇ ਬਹੁਤ ਇੰਪੋਰਟੈਂਟ ਹੈ ਤੇ ਇਹਦਾ ਹੈੱਡ ਆਫਿਸ ਯੂਐਸ ਦੇ ਵਿੱਚ ਵਾਲਟੀਮੋਰ ਮਾਰੀਲੈਂਡ ਮਾਰੀਲੈਂਡ ਇਹ ਵੀ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਹੈ ਇਟ ਡਿਵੈਲਪਸ ਮੇਨਟੇਨ ਐਂਡ ਪਬਲਿਸ਼ ਟੈਕਨੀਕਲ ਸਟੈਂਡਰਡਸ ਰਿਲੇਟਡ ਟੂ ਪਬਲਿਸ਼ਿੰਗ ਬਿਬਲੀਓਗ੍ਰਾਫਿਕ ਐਂਡ ਲਾਇਬ੍ਰੇਰੀ ਐਪਲੀਕੇਸ਼ਨ ਇਹ ਸਟੈਂਡਰਡ ਸਿਰਫ ਪਬਲਿਸ਼ਿੰਗ ਬਿਬਲੀਓਗ੍ਰਾਫਿਕ ਦੇ ਰਿਲੇਟਡ ਹੀ ਦੱਸਦਾ ਹੈ ਨੀਸੋ ਠੀਕ ਆ ਤੇ ਇਹ ਸੀਗਾ 1939 ਦੇ ਵਿੱਚ as a Z39 ਕਮੇਟੀ ਬਣਿਆ ਸੀ ਤੇ ਫਿਰ ਇਹ ਇਨ ਅਪਰੋਪਰੀਏਟ ਫॉर ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਇਨਕਰਬਨ ਇਹ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਦੇ ਲਈ ਆਪਾਂ ਪਹਿਲਾਂ ਹੀ ਪੜ ਲਿਆ ਤੇ 1983 ਦੇ ਵਿੱਚ ਬਣ ਗਿਆ ਸੀ ਇਹ ਤੇ ਕਰੰਟ ਜਿਹੜਾ ਨਾਮ ਹੈ ਹੁਣ 1984 ਜਗਾ ਇਹ ਚਲੋ ਇੰਨਾ ਡੀਪ ਚ ਨਹੀਂ ਪੁੱਛਦਾ ਸਿਰਫ ਐਬ੍ਰੀਵੀਏਸ਼ਨ ਤੇ ਕਿਹੜੇ ਸਾਲ ਬਣਿਆ ਤੇ ਨਾਨ-ਪ੍ਰੋਫਿਟ ਜਥੇਬੰਦੀ ਹੈ ਇਹ ਉਹ ਯਾਦ ਕਰ ਲਿਓ ਦੂਸਰੀ ਪ੍ਰੋਟੋਕਾਲ ਆ ਗਈ ਐਸਆਰ ਐਸਆਰ ਜੂ ਪਹਿਲੀ ਆਪਾਂ ਪੜ੍ਹੀਏ ਜੈਡ 39.50 ਐਸਆਰ ਜੂ ਇਹ ਹੁੰਦਾ ਹੈ ਸਰਚ ਰਿਟਰੀਵ ਬਾਇਆ ਯੂਆਰਐਲ ਸਰਚ ਰਿਟਰੀਵ ਬਾਇਆ ਯੂਆਰਐਲ ਯੂਆਰਐਲ ਹੁੰਦਾ ਹੈ ਯੂਨੀਫਾਰਮ ਰਿਸੋਰਸ ਲੋਕੇਟਰ ਇਹ ਵੀ ਪੁੱਛਿਆ ਜਾ ਸਕਦਾ ਹੈ 2004 ਚ ਬਣੀ ਇਹ ਇਟ ਇਜ਼ ਕਨਸੀਡਰਡ ਸੌਰੀ ਇਟ ਇਜ਼ ਅ ਸਟੈਂਡਰਡ ਸਰਚ ਪ੍ਰੋਟੋਕਾਲ ਫਾਰ ਇੰਟਰਨੈਟ ਸਰਚ ਕੁਰੀ ਯੂਟਿਲਾਈਜ਼ਿੰਗ ਕਨਟੈਕਸ਼ੂਅਲ ਕੁਐਰੀ ਲੈਂਗੁਏਜ ਕੰਟੈਕਸਚੁਅਲ ਕੁਐਰੀ ਲੈਂਗੁਏਜ ਦੁਆਰਾ ਇਹ ਉਸ ਨੂੰ ਯੂਜ਼ ਕਰਦਾ ਹੈ ਇਸ ਸਟੈਂਡਰਡ ਕੁਐਰੀ ਸਿੰਟੈਕਸ ਫਾਰ ਰਿਪਰੈਜ਼ੈਂਟਿੰਗ ਕੁਐਰੀਜ਼ ਠੀਕ ਹੈ ਇਸ ਮਤਲਬ ਕੋਈ ਵੀ ਅਸੀਂ ਸਰਚ ਮਾਰਦੇ ਆ ਕੰਟੈਕਸ ਕਿਸੇ ਕੰਟੈਕਸ ਦੇ ਰਿਗਾਰਡਿੰਗ ਸੀ ਸਰਚ ਮਾਰਦੇ ਆ ਉਹਦੇ ਰਿਗਾਰਡਿੰਗ ਸਾਨੂੰ ਇਨਫੋਰਮੇਸ਼ਨ ਕੱਢ ਕੇ ਦਿੰਦਾ ਹੈ ਐਸ ਆਰ ਯੂ ਲੌਂਗ ਵਿਦ ਦੀ ਰਿਲੇਟਡ ਸਰਚ ਟਰੀ ਬਾਇ ਆ ਵੈਬ ਆ ਤਾਂ ਸੀਗੀ ਸਰਚ ਟਰੀ ਬਾਇ ਆ ਯੂ ਆਰ ਐਲ ਆ ਹੈਗੀ ਸਰਚ ਟਰੀ ਬਾਇ ਆ ਵੈਬ ਇਹ ਵੀ ਯਾਦ ਰੱਖਣਾ ਦੋਨਾਂ ਦੀ ਐਬਰੀਵੇਸ਼ਨ ਪੁੱਛ ਸਕਦਾ ਹੈ ਸਰਵਿਸ ਵਰ ਕ੍ਰੀਏਟਡ ਬਾਈ ਅ ਪਾਰਟ ਆਫ ਦੀ ਜਿੰਗ Z39.50 ਇੰਟਰਨੈਸ਼ਨਲ ਨੈਕਸਟ ਜਨਰੇਸ਼ਨ ਇਨੀਸ਼ੀਏਟਿਵ ਐਜ਼ ਅ ਸੋਰਸ ਆਫ ਦਾ ਐਜ਼ ਦੇ ਸਕਸੈਸਰ ਆਫ Z39.50 ਪ੍ਰੋਟੋਕਾਲ ਤਾਂ SRW ਹੈ ਜਿਹੜਾ ਕਹਿੰਦਾ ਇਹ Z39 ਦੀ ਹੈਲਪ ਦੇ ਨਾਲ ਹੀ ਉਹਦਾ ਸਕਸੈਸਰ ਬਣੂਗਾ ਆਉਣ ਵਾਲੇ ਸਮੇਂ ਦੇ ਵਿੱਚ SRW ਜ਼ਿਆਦਾ ਵਰਤਿਆ ਜਾਊਗਾ ਠੀਕ ਆ ਇਸ ਤੋਂ ਬਾਅਦ ਕੋਹਾ ਨੂੰ ਬਹੁਤ ਸਾਰੇ ਅਵਾਰਡ ਵੀ ਮਿਲੇ ਤੁਸੀਂ ਪੜੇ ਹੋਣਗੇ ਲਿਸਟ ਦਿੱਤੀ ਹੈ ਮੈਂ ਤੁਸੀਂ ਪੜ ਲਓ ਇੰਨੇ ਜਿਆਦਾ ਇੰਪੋਰਟੈਂਟ ਤਾਂ ਨਹੀਂ ਹੈਗੇ ਇੱਕ ਅੱਧਾ ਪੜ ਲਿਓ ਵੀ ਕਿਹੜਾ ਅਵਾਰਡ ਮਿਲਿਆ ਹੋ ਸਕਦਾ ਪੁੱਛ ਲੇ ਇਸ ਤੋਂ ਬਾਅਦ ਆਪਾਂ ਐਬ੍ਰੀਵੀਏਸ਼ਨਾਂ ਦੇਖਦੇ ਹਾਂ ਜਿਵੇਂ HTML ਅੱਜ ਦੀ ਵੀਡੀਓ ਦੇ ਵਿੱਚ ਜਿਹੜੀਆਂ ਜਿਹੜੀਆਂ ਐਬ੍ਰੀਵੀਏਸ਼ਨਾਂ ਆਈਆਂ ਉਹਨਾਂ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਆਪਾਂ ਨਾਲ-ਨਾਲ ਹੀ ਕਰਿਆ ਕਰਾਂਗੇ ਹਰੇਕ ਵੀਡੀਓ ਦੇ ਵਿੱਚ ਜਿੰਨਾ ਕ ਆਪਾਂ ਕੰਮ ਕਰਾਂਗੇ ਉਹਦੇ ਵਿੱਚ ਆਪਾਂ ਉਹਨੀਆਂ ਕ ਐਬ੍ਰੀਵੀਏਸ਼ਨ ਇਕੱਠੀਆਂ ਪੜਨੀਆਂ ਔਖੀਆਂ ਹੋ ਜਾਂਦੀਆਂ ਨੇ ਵੈਸੇ ਚੈਪਟਰ 16ਵਾਂ ਚੈਪਟਰ 16 ਉਹ ਤੁਸੀਂ ਛੱਡ ਕੇ ਨਾ ਜਾਇਓ ਉਹਦੇ ਵਿੱਚ ਐਬ੍ਰਿਵੀਏਸ਼ਨ ਦੀ ਮੈਰਾਥਨ ਹੈ ਤੇ ਇਹ ਤੁਹਾਨੂੰ ਮਿਲ ਜੂਗਾ ਜਿਹੜਾ ਆਪਣੇ ਕੋਲੇ ਹੈਗਾ ਆਫਿਸ ਪ੍ਰੋਡਕਟਿਵਿਟੀ ਟੂਲ ਵਾਲੀ ਪਲੇਸ ਪਲੇਲਿਸਟ ਹੈ ਨਾ ਦੂਜੀ ਪਲੇਲਿਸਟ ਆਫਿਸ ਪ੍ਰੋਡਕਟਿਵਿਟੀ ਵਾਲੀ ਉਹਦੇ ਵਿੱਚ 8 ਵੀਡੀਓ ਪਈਆਂ ਨੇ 8ਵੀਂ ਵੀਡੀਓ ਐਬ੍ਰਿਵੀਏਸ਼ਨ ਤੇ ਆ ਉਹ ਤੁਸੀਂ ਜਰੂਰ ਦੇਖਿਓ ਜਾ ਕੇ ਦੋ ਐਬ੍ਰਿਵੀਏਸ਼ਨ ਆ ਤੁਹਾਨੂੰ ਪੱਕੀਆਂ ਆਉਣਗੀਆਂ HTML ਹੁੰਦਾ ਹਾਈਪਰਟੈਕਸਟ ਮਾਰਕਅਪ ਲੈਂਗੁਏਜ SQL ਹੈਗਾ ਸਟ੍ਰਕਚਰਲ ਕੁਇਰੀ ਲੈਂਗੁਏਜ OSS ਹੈ ਓਪਨ ਸੋਰਸ ਸੌਫਟਵੇਅਰ ਡੋਸ ਹੈਗਾ ਡਿਸਕ ኦਪਰੇਟਿੰਗ ਸਿਸਟਮ ISO ਹੈ ਇੰਟਰਨੈਸ਼ਨਲ ਸਟੈਂਡਰਡ ਆਰਗੇਨਾਈਜੇਸ਼ਨ ਤੇ LOC ਹੈ ਲਾਇਬ੍ਰੇਰੀ ਆਫ ਕਾਂਗਰਸ ANSI ਅਮਰੀਕਨ ਨੈਸ਼ਨਲ ਸਟੈਂਡਰਡ ਇੰਸਟੀਚਿਊਟ NISO ਨੈਸ਼ਨਲ ਇਨਫੋਰਮੇਸ਼ਨ ਸਟੈਂਡਰਡਸ ਇਹਦੀ ਐਬਰੀ ਉਹ ਲੈ ਲਓ ਐਬ੍ਰੀਵੀਏਸ਼ਨ ਕਹੀ ਹੈ ਨਾ ਮੈਂ ਸਕਰੀਨਸ਼ਾਟ ਲੈ ਲਓ ਤੇ ਇੱਥੋਂ ਤੱਕ ਆ ਗਏ ਸੀ SRU ਹੈ ਸਰਚ ਰਿਟਰੀਵ ਬਾਇਆ URL SRW ਹੈ ਸਰਚ ਰਿਟਰੀਵ ਬਾਇਆ ਵੈਬ CW ਹੈ ਕੰਟੈਕਸਟ ਕੁਰੀ ਲੈਂਗੁਏਜ スクリーンショット ਲੈ ਸਕਦੇ ਹਾਂ ਅਗਲੀਆਂ MARC ਹੈ ਮਸ਼ੀਨ ਰੀਡੇਬਲ ਕੈਟਲੋਗਿੰਗ AACR ਹੈ ਐਂਗਲੋ ਅਮਰੀਕਨ ਕੈਟਲੋਗਿੰਗ ਰੂਲਸ RDA ਹੈ ਰਿਸੋਰਸ ਡਿਸਕ੍ਰਿਪਸ਼ਨ ਐਂਡ ਐਕਸੈਸ ISBD ਇੰਟਰਨੈਸ਼ਨਲ ਸਟੈਂਡਰਡ ਬਿਬਲੀਓਗ੍ਰਾਫਿਕ ਡਿਸਕ੍ਰਿਪਸ਼ਨ ISBN ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ ਦੇਖੋ ਦੋਨੇ ਬਹੁਤ ਜਿਆਦਾ ਇੰਪੋਰਟੈਂਟ ਨੇ ਤੁਸੀਂ ਤਾਂ ਤੁਹਾਡੇ ਸਬਜੈਕਟ ਦੇ ਵਿੱਚ ਤਾਂ ਲਾਇਬ੍ਰੇਰੀ 'ਚ ਤਾਂ ਇਹੀ ਸਾਰਾ ਕੁਝ ਪੜ੍ਹਦੇ ਹੋਗੇ ISBN ਨੰਬਰ ਦੇ ਨਾਲ ਹੀ ਤੁਸੀਂ ਖੇਡਦੇ ਹੋ ਹਨ ਇਦੀ ਨਾਲ ਹੀ ਕਿਤਾਬਾਂ ਨੂੰ ਘਵਾਉਣੇ ਹੋ ਸਾਰੀ ਥਿਉਰੀ ਸੋਡੀ ਇਹਦੇ ਵਿੱਚੋਂ ਹੀ ਹੋਗੀ ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ ਤੇ ਆ ਹੁੰਦਾ ਆਈਐਸਬੀਐਨ ਨੰਬਰ ਆਪਾਂ ਨੂੰ ਕਿਤਾਬਾਰ ਕੋਡ ਹੁੰਦੇ ਨੇ ਤੇ ਬਾਰ ਕੋਡ ਯੂਨੀਕਲੀ ਆਇਡੈਂਟੀਫਾਈ ਕਰਦੇ ਨੇ ਹੁਣ ਆਪਾਂ ਕੁਐਸਚਨ ਦੇਖ ਲੈਨੇ ਆ ਕਹਿੰਦਾ ਵਿਚ ਆਫ ਦੀ ਫੋਲੋਇੰਗ ਪ੍ਰੋਟੋਕੋਲਸ ਯੂਜ਼ਡ ਇਨ ਕੋਹਾਫ ਫਾਰ ਸਰਚਿੰਗ ਐਂਡ ਰੀਟਰੀਵਿੰਗ ਇਨਫੋਰਮੇਸ਼ਨ ਫਰੋਮ ਡਾਟਾਬੇਸ ਓਵਰ ਟੀਸੀਪੀਆਈਪੀ ਕੰਪਿਊਟਰ ਨੈਟਵਰਕਸ ਟੀਸੀਪੀਆਈਪੀ ਇੰਟਰਨੈਟ ਵਰਕ ਦੇ ਉੱਪਰ ਕਿਹੜੀ ਪ੍ਰੋਟੋਕੋਲ ਵਰਤੀ ਹੁੰਦੀ ਹੈ ਐਚਟੀਟੀਪੀ ਨਹੀਂ ਯੂਡੀਪੀ ਨਹੀਂ ਐਸਐਮਟੀਪੀ ਨਹੀਂ ਜੈਡ 39.50 ਹੁਣੀ ਪੜਿਆ ਹਨਾ ਅਗਲਾ ਮਾਰ ਸਟੈਂਡਸ ਫਾਰ ਮਸ਼ੀਨ ਰੀਜਨਲ ਕਾਉਂਸਲ ਮਸ਼ੀਨ ਰੀਡੇਬਲ ਕੈਟਾਲੋਗਿੰਗ ਨਹੀਂ ਮਸ਼ੀਨ ਰੀਡੇਬਲ ਕੋਰਸ ਵੀ ਨਹੀਂ ਹੈ ਰੀਜਨਲ ਵੀ ਹੈ ਵੀ ਆਨਸਰ ਹੈ ਮਸ਼ੀਨ ਰੀਡੇਬਲ ਕੈਟਾਲੋਗੀ ਠੀਕ ਹੈ ਆਰਡੀਏ ਆਰਡੀਏ ਕੀ ਹੁਣੀ ਪੜਿਆ ਸੀ ਪਰ ਰਿਸੋਰਸ ਡਿਸਕ੍ਰਿਪਸ਼ਨ ਏਜੰਸੀ ਵੀ ਨਹੀਂ ਸੀਗਾ reference description and accessive ਨਹੀਂ ਸੀਗਾ रिसोर्स डिस्क्रिप्शन एंड एक्सेस डी आंसर ਸੀਗਾ ਕਿ ਬੀ ਸੀਗਾ ਪਿੱਛੇ ਦੇਖ ਲੀਏ ਮੈਨੂੰ ਤਾਂ ਲੱਗਿਆ ਡੀ ਸੀਗਾ रिसोर्स डिस्क्रिप्शन ਐਂਡ ਰੈਫਰੈਂਸ ਸੀਗਾ ਠੀਕ ਆ ਠੀਕ ਆ ਆਪਾਂ ਪਿੱਛੇ ਦੇਖ ਵੀ ਲੈਨੇ ਆ ਦੇਖੋ ਰਿਸੋਰਸ ਸੀ ਬਥੇ ਗਲਤ ਲਾਇਆ ਰਿਸੋਰਸ ਡਿਸਕ੍ਰਿਪਸ਼ਨ ਐਂਡ ਐਕਸੈਸ ਠੀਕ 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 ਰਿਸੋਰਸ ਡਿਸਕ੍ਰਿਪਸ਼ਨ ਐਂਡ ਐਕਸੈਸ ਇਹਦਾ ਗਲਤ ਲੱਗਿਆ ਹੋਇਆ ਹੈ resource description and ਇਹ ਤੁਸੀਂ ਮੈਨੂੰ ਚੈੱਕ ਕਰਕੇ ਦੱਸਿਓ ਕਨਫਿਊਜ਼ਨ ਹੋ ਗਿਆ ਕਿਉਂਕਿ ਆਨਸਰ ਆਪਾਂ ਕਿਸੇ ਵੈਬਸਾਈਟ ਤੋਂ ਕੁਐਸਚਨ ਲਏ ਹੋਏ ਨੇ ਹੋ ਸਕਦਾ ਉਹਨੇ ਗਲਤ ਪਾਏ ਹੋਣ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਵੈਸੇ ਮੈਨੂੰ ਇਹ ਲੱਗਦਾ ਵੀ resource description and access ਹੀ ਸੀ ਆਪਾਂ ਪਿੱਛੇ ਜਾ ਕੇ ਦੇਖ ਲਈਏ ਪਿੱਛੇ ਵੀ ਪੜਿਆ ਆਪਾਂ ਥਿਊਰੀ ਦੇ ਵਿੱਚ ਵੀ ਪੜਿਆ আর ਸੀ ਇਹ ਸੀਗਾ ਕਿਹੜੇ ਕਿਹੜੇ ਪਾਰਟ ਦੇ ਵਿੱਚ ਸੀਗਾ ਇਸ ਦੇ ਵਿੱਚ ਵੀ ਨਹੀਂ ਸੀਗਾ Z39. ਮਾਰਸ ਦੇ ਵਿੱਚ ਸੀਗਾ ਹਾਂ ਰਿਸੋਰਸ ਡਿਸਕ੍ਰਿਪਸ਼ਨ ਐਂਡ ਐਕਸੈਸ ਠੀਕ ਹੈ ਵੀ ਇਹ ਯਾਦ ਰੱਖਣਾ ਰਿਸੋਰਸ ਡਿਸਕ੍ਰਿਪਸ਼ਨ ਐਂਡ ਐਕਸੈਸ ਉੱਥੇ ਆਪਾਂ ਰੈਫਰੈਂਸ ਪਾਇਆ ਹੋਇਆ ਹੈ ਨਾ ਤਾਂ ਹੋ ਸਕਦਾ ਗਲਤ ਹੋਵੇ ਚੀਜ਼ ਪਰ ਫਿਰ ਵੀ ਆਪਾਂ ਵੈਰੀਫਾਈ ਕਰ ਲਾਂਗੇ ਗਲਤ ਨਹੀਂ ਪੜਨਾ ਇੱਕ ਵਾਰੀ ਗੂਗਲ ਕਰਨ ਦੇ ਵਿੱਚ ਕੀ ਜਾਂਦਾ ਹੈ ਨਾ ਆਪਾਂ ਚੈੱਕ ਕਰ ਲਾਂਗੇ ਕਿ ਚੈੱਕ ਕਰ ਲਈਏ ਨਾਲ ਦੀ ਨਾਲ ਹੀ ਨਾਲ ਦੀ ਨਾਲ ਹੀ ਕਰ ਲੈਨੇ ਆਪਾਂ ਇੱਕ ਮਿੰਟ RDA RDA in library science RDA ਹੁੰਦਾ ਰਿਸੋਰਸ ਡਿਸਕ੍ਰਿਪਸ਼ਨ ਐਂਡ ਐਕਸੈਸ ਬਿਲਕੁਲ ਠੀਕ ਹੈ ਸੋ ਕਦੇ ਕਦੇ ਹੋ ਜਾਂਦੀ ਹੈ ਮਿਸਟੇਕ ਥੋੜੀ ਬਹੁਤ ਹੈ ਨਾ ਟਾਈਪਿੰਗ ਮਿਸਟੇਕ ਆ ਹੋ ਰਿਸੋਰਸ ਡਿਸਕ੍ਰਿਪਸ਼ਨ ਐਂਡ ਐਕਸੈਸ ਇਸ ਅ ਰਾਈਟ ਆਨਸਰ ਰਿਸੋਰਸ ਡਿਸਕ੍ਰਿਪਸ਼ਨ ਐਂਡ ਐਕਸੈਸ ਇੱਥੇ ਵੀ ਆਪਾਂ ਇਹੀ ਲਿਖਿਆ ਹੋਇਆ ਹੈ ਕੁਐਸਚਨ ਦੇ ਵਿੱਚ ਗੜਬੜ ਹੋ ਗਈ ਕੋਈ ਰਿਸੋਰਸ ਡਿਸਕ੍ਰਿਪਸ਼ਨ ਐਂਡ ਐਕਸੈਸ ਤਾਂ ਇਹਦਾ ਆਪਾਂ ਲਾਵਾਂਗੇ ਡੀ ਆਨਸਰ ਨਾ ਕੇ ਬੀ ਕਲੀਅਰ ਹੋਈ ਗੱਲ ਜੀ ਆਏ ਇਹ ਕਿਸੇ ਨਾ ਮੈਂ ਵੈਬਸਾਈਟ ਤੋਂ ਲਏ ਹੋਏ ਕੁਐਸ਼ਨ ਨੇ ਉਹ ਸੋ ਤੁਹਾਨੂੰ ਪਤਾ ਹੀ ਹੈ ਮੈਂ ਵੈਬਸਾਈਟਾਂ ਤੇ ਆਏ ਗਲਤ ਹੁੰਦੇ ਨੇ ਤਾਂ ਡਾਇਰੈਕਟ ਕੁਐਸ਼ਨ ਨਹੀਂ ਕਰਨੇ ਚਾਹੀਦੇ ਜਿੱਥੇ অথਨਟੀਸਿਟੀ ਨਹੀਂ ਹੈ ਕੁਐਸ਼ਨ ਦੀ ਉਹ ਸਾਡਾ ਗਲਤ ਕਰਾ ਸਕਦੇ ਨੇ ਕੁਝ ਨਾ ਕੁਝ ਠੀਕ ਹੈ ਸੋ ਵੈਰੀਫਾਈ ਕਰਨਾ ਜ਼ਰੂਰੀ ਆ ਆਈ ਐਸ ਬੀ ਐਨ ਹੈ ਆਪਾਂ ਹੁਣੀ ਬੜਿਆ ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ ਠੀਕ ਹੈ ISBD ਇੰਟਰਨੈਸ਼ਨਲ ਸਟੈਂਡਰਡ ਬਿਬਲਿਓਗ੍ਰਾਫਿਕ ਡਿਸਕ੍ਰਿਪਸ਼ਨ ਸੋ ਇਹ ਆਪਾਂ ਗੱਲ ਕੀਤੀ ਐ ਕੋਹਾ ਓਪਨ 소ਰਸ ਸੌਫਟਵੇਅਰ ਬਾਰੇ ਜਿਹਦੇ ਵਿੱਚ ਆਪਾਂ ਲਾਇਬ੍ਰੇਰੀ ਮੈਨੇਜਮੈਂਟ ਸਿਸਟਮ ਵੀ ਦੇਖਿਆ ਕੋਹਾ ਦੀਆਂ ਪ੍ਰੋਟੋਕੋਲਸ ਦੇ ਵੀ ਪੜੀਆਂ ਨੇ ਹੈਨਾ ਸੋ ਜਿੰਨਾ ਟਾਈਮ ਆਪਾਂ ਮੈਰਾਥਨ ਵੀ ਲੈ ਕੇ ਆਵਾਂਗੇ ਤੁਹਾਡੇ ਸਬਜੈਕਟ ਦੇ ਪੀਟਰ ਪਲੱਸ ਵੀ ਦੇ ਲਈ ਬਣਾਵਾਂਗੇ ਸਪੈਸ਼ਲ ਤਾਂ ਸਾਰੇ ਪੇਪਰਾਂ ਵਾਸਤੇ ਮੈਰਾਥਨਾ ਹੋ ਠੀਕ ਹੈ ਸੋ ਨੈਕਸਟ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਲਿਬਸਿਸ ਸੋਲ 바ਰ ਕੋਡ ਤੇ ਆਰ ਐਫ ਆਈ ਡੀ ਉਹਨਾਂ ਟਾਈਮ ਤੁਸੀਂ ਜਾ ਕੇ ਪੁਰਾਣੀਆਂ ਵੀਡੀਓ ਦੇਖੋ ਤਿੰਨ ਵੀਡੀਓ ਜਿੰਨੇ ਮੈਂ ਪਹਿਲਾਂ ਬਣਾਈਆਂ ਹੋਈਆਂ ਸੀ ਪੁਰਾਣੇ ਕੁਸ਼ਨਾ ਤੇ ਲਾਇਬ੍ਰੇਰੀ ਦੇ ਵਿੱਚ ਆਏ ਹੋ ਸੀ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਉਹ ਕਿਸੇ ਵੀ ਕੋਸਟ ਤੇ ਆਪਾਂ ਛੱਡਨੇ ਨਹੀਂ ਤੇ ਬਾਕੀ ਚੈਪਟਰ ਵਾਈਜ਼ ਜਿਹੜੀ ਆਪਣੀ ਸੀਰੀਜ਼ ਚੱਲ ਰਹੀ ਹੈ ਪੀਟਰ ਪਲਸ ਬੀ ਦੀ ਉਹ ਤੁਸੀਂ ਦੇਖਣੀ ਸ਼ੁਰੂ ਕਰੋ ਬਾਕੀ ਤੁਹਾਨੂੰ ਹੋਰ ਕੋਈ ਵੀ ਕਿਸੇ ਵੀ ਟੌਪਿਕ ਦੇ ਵਿੱਚ ਡਾਊਟ ਹੈ ਕੁਝ ਹੋਰ ਚਾਹੁੰਦੇ ਹੋ ਤਾਂ ਉਹ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਥੈਂਕ ਯੂ